गुड मॉर्निंग एवरीवन, सत श्री अकाल जी सारियां नूं। गुड मॉर्निंग एवरीवन, ਕਿਵੇਂ ਹੋ ਤੁਸੀਂ ਸਾਰੇ? ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਸਾਰੇ ਜਾਣੇ ਆਪਣਾ ਆਪਣਾ ਕਾਰਡੀਓ ਕਰਕੇ ਵਾਪਿਸ ਆ ਗਏ ਹੋਵੋਗੇ। ਔਰ ਅੱਜ ਅਸੀਂ ਕਰਾਂਗੇ ਸਲੀਪ ਨਾ ਆਉਣ ਦੀ ਪ੍ਰੋਬਲਮ। ਜਿਨ੍ਹਾਂ ਲੋਕਾਂ ਨੂੰ ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ ਔਰ ਉਹ ਸਾਰੀ ਰਾਤ ਜਾਗਦੇ ਰਹਿੰਦੇ ਆ, ਇੰਤਜ਼ਾਰ ਕਰਦੇ ਕਿ ਕਦੋਂ ਸਵੇਰੇ ਦਿਨ ਚੜੂਗਾ ਤੇ ਅਸੀਂ ਆਪਣੀ ਜ਼ਿੰਦਗੀ ਨੂੰ ਦੁਬਾਰਾ ਤੋਂ ਸਟਾਰਟ ਕਰਾਂਗੇ। ਅੱਜ ਮੈਂ ਉਹਨਾਂ ਲਈ ਯੋਗਾ ਲੈ ਕੇ ਆਈ ਹਾਂ। ਔਰ ਕਿਹੜਾ ਡਰਿੰਕ ਉਹਨਾਂ ਨੇ ਸੌਣ ਤੋਂ ਪਹਿਲਾਂ ਪੀਣਾ, ਕੀ ਕਰਨਾ, ਇਹ ਮੈਂ ਤੁਹਾਨੂੰ ਅੱਜ ਸਾਰਾ ਕੁਝ ਦੱਸਾਂਗੀ ਅੱਜ ਦੇ ਯੋਗਾ ਲਾਈਵ ਦੇ ਵਿੱਚ। ਹਾਊ ਟੂ ਸਲੀਪ ਇਨ 5 ਮਿੰਟਸ। ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਚਿੰਤਾ ਹੋਵੇ, ਕੋਈ ਵੀ ਪਰੇਸ਼ਾਨੀ ਹੋਵੇ, ਤੁਸੀਂ 5 ਮਿੰਟ ਦੇ ਅੰਦਰ ਕਿਵੇਂ ਆਪਣੇ ਮਾਈਂਡ ਨੂੰ ਰਿਲੈਕਸ ਕਰਕੇ ਇੱਕ ਵਧੀਆ 6-7 ਘੰਟਿਆਂ ਦੀ ਨੀਂਦ ਲੈ ਸਕਦੇ ਹੋ, ਇਹ ਮੈਂ ਤੁਹਾਨੂੰ ਅੱਜ ਸਾਰਿਆਂ ਨੂੰ ਦੱਸਾਂਗੀ। ਸੋ ਸਾਰਿਆਂ ਨੂੰ ਆਉਂਦੋ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਬੜੇ ਸੌਖੇ ਯੋਗਾ ਆਸਨਸ ਹੈ, ਤੁਸੀਂ ਇਹਨੂੰ ਸੌਣ ਤੋਂ ਪਹਿਲਾਂ ਵੀ ਕਰ ਸਕਦੇ ਹੋ। 5 ਮਿੰਟ ਤੁਸੀਂ ਆਸਨਸ ਨੂੰ ਕਰਨਾ ਔਰ ਤੁਸੀਂ ਦੇਖੋਗੇ ਕਿ ਕਿਵੇਂ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ। ਦਵਿੰਦਰ ਜੀ, ਤੁਹਾਨੂੰ ਸੇਮ ਪ੍ਰੋਬਲਮ ਹੈ, ਨੀਂਦ ਨਹੀਂ ਆਉਂਦੀ। ਓਕੇ, ਸਤਿ ਸ਼੍ਰੀ ਅਕਾਲ ਅਮਨ, ਸਤਿ ਸ਼੍ਰੀ ਅਕਾਲ ਮਨਜੀਤ ਕੌਰ, SSK, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆ ਜਾਓ ਸਾਰੀਆਂ ਭੈਣਾਂ। ਔਰ ਮੈਂ ਕਾਫੀ ਸਾਰੇ ਨੋਟਸ ਬਣਾਏ ਇਹਦੇ ਉੱਤੇ, ਤਾਂ ਜਿਹਨੂੰ ਆਪਾਂ ਕਹਿੰਦੇ ਹਾਂ ਰਾਤੀ, ਜਿਹਨਾਂ ਨੂੰ ਵੀ ਨੀਂਦ ਨਹੀਂ ਆਉਂਦੀ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਇਨਸੋਮਨੀਆ ਦੀ ਪ੍ਰੋਬਲਮ, ਰਾਤ ਨੂੰ ਨੀਂਦ ਨਾ ਆਉਣਾ। ਇਹਦਾ ਇੱਕ ਵੱਡਾ ਕਾਰਨ ਤੁਹਾਨੂੰ ਪਤਾ, ਜਿੰਨੀ ਵੀ ਪੂਰੀ ਦੁਨੀਆਂ ਵਿੱਚ ਆਬਾਦੀ ਹੈ, ਪੂਰੀ ਦੁਨੀਆਂ ਵਿੱਚ ਜਿੰਨੇ ਵੀ ਲੋਕ ਹੈ, ਉਹਨਾਂ ਵਿੱਚੋਂ 25% ਲੋਕਾਂ ਨੂੰ ਨੀਂਦ ਨਾ ਆਉਣ ਦੀ ਪ੍ਰੋਬਲਮ ਹੈ। ਉਹ ਕਿਸੇ ਵੀ ਕਾਰਨ ਵਰਸ ਹੋ ਸਕਦਾ ਹੈ, ਸਮਟਾਈਮ ਸਾਨੂੰ ਜੋਬ ਰਿਲੇਟਿਡ ਹੋ ਜਾਂਦਾ, ਸਮਟਾਈਮ ਅਸੀਂ ਕਿਸੇ ਨੂੰ ਆਪਣੀ ਫੈਮਿਲੀ ਵਿੱਚੋਂ ਗਵਾ ਲੈਂਦੇ ਹਾਂ, ਕਿਸੇ ਦੀ ਡੈਥ ਹੋ ਜਾਂਦੀ ਹੈ ਜਾਂ ਕੋਈ ਸਾਨੂੰ ਛੱਡ ਕੇ ਚਲਾ ਜਾਂਦਾ, ਸਾਡੇ ਉੱਤੇ ਬੜਾ ਪ੍ਰੈਸ਼ਰ ਪੈ ਜਾਂਦਾ, ਜਾਂ ਜੋਬ ਹੋ ਸਕਦੀ ਹੈ, ਜਾਂ ਪੈਸੇ ਹੋ ਸਕਦੇ ਆ, ਜਾਂ ਬੱਚੇ ਹੋ ਸਕਦੇ ਆ, ਜਾਂ ਫੈਮਿਲੀ ਪੇਰੈਂਟਸ ਹੋ ਸਕਦੇ ਆ। ਜਦੋਂ ਅਸੀਂ ਸੌਂਦੇ ਹਾਂ ਰਾਤ ਨੂੰ ਤੇ ਅਸੀਂ ਲਗਾਤਾਰ ਉਹਨਾਂ ਬਾਰੇ ਸੋਚਦੇ ਰਹਿੰਦੇ ਹਾਂ, ਸਾਡਾ ਮਾਇੰਡ ਐਕਟਿਵ ਰਹਿੰਦਾ, ਤੇ ਉਦੋਂ ਸਾਡੀ ਜਿਹੜੀ ਸਲੀਪ ਬੈਲੈਂਸ ਹੈ, ਸਲੀਪ ਦਾ ਸਰਕਲ ਹੈ, ਉਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ। ਸਾਡੀ ਨੀਂਦ ਹੌਲੀ ਹੌਲੀ, ਇਹ ਕਦੇ ਵੀ ਇੱਕਦਮ ਨਹੀਂ ਸਟਾਰਟ ਹੁੰਦੀ, ਹੌਲੀ 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 ਉਹ ਪ੍ਰੋਸੈਸ ਸ਼ੁਰੂ ਹੋ ਜਾਂਦਾ ਹੈ। ਪਹਿਲਾਂ ਜਦੋਂ ਇਨੀਸ਼ੀਅਲ ਹੁੰਦਾ, ਸਾਨੂੰ ਉਦੋਂ ਹੀ ਇਹਦਾ ਧਿਆਨ ਰੱਖ ਲੈਣਾ ਚਾਹੀਦਾ, ਬਟ ਜਦੋਂ ਇਹ ਬਹੁਤ ਜ਼ਿਆਦਾ ਵੱਧ ਜਾਂਦਾ, ਸਾਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ। ਪਹਿਲਾਂ ਇਹ ਨਾ 5-10 ਮਿੰਟ ਤੋਂ ਸ਼ੁਰੂ ਹੁੰਦਾ, ਅੱਧਾ ਘੰਟਾ ਨੀਂਦ ਨਹੀਂ ਆਏਗੀ। ਕੁਛ ਲੋਕ ਬੜੇ ਲੱਕੀ ਹੁੰਦੇ, ਜਿੱਦਾਂ ਹੀ ਬੈੱਡ ਤੇ ਜਾਂਦੇ ਹੈ, ਜਾਂਦੇ ਨਾਲ ਉਹ ਸੋ ਜਾਂਦੇ ਆ, ਤੇ ਕੁਛ ਲੋਕ ਬੈੱਡ ਤੇ ਜਾ ਕੇ ਵੀ, ਸਪੋਜ਼ ਤੁਸੀਂ 10 ਵਜੇ ਬੈੱਡ ਤੇ ਚਲੇ ਗਏ ਹੋ, ਬਟ ਤੁਸੀਂ 11, 12, 1, 2 ਵਜੇ ਤੱਕ ਸਾਈਡਾਂ ਹੀ ਚੇਂਜ ਕਰਦੇ ਜਾ ਰਹੇ ਹੋ, ਹੁਣ ਨੀਂਦ ਆਏਗੀ, ਹੁਣ ਨੀਂਦ ਆਏਗੀ, ਹੁਣ ਨੀਂਦ ਆਏਗੀ, ਫਿਰ ਦਿਮਾਗ 'ਚ ਕੋਈ ਗੱਲ ਆ ਜਾਂਦੀ, ਫਿਰ ਦਿਮਾਗ 'ਚ ਕੋਈ ਗੱਲ ਆ ਜਾਂਦੀ ਹੈ, ਜਿਹਦੇ ਕਰਕੇ ਅਸੀਂ ਸਾਰੀ ਰਾਤ ਡਿਸਟਰਬ ਰਹਿੰਦੇ ਹਾਂ, ਤੇ ਇਹਦੇ ਨਾਲ ਹੀ ਸਾਡਾ ਅਗਲਾ ਦਿਨ ਵੀ ਡਿਸਟਰਬ ਹੋ ਜਾਂਦਾ ਹੈ। ਸੋ ਰਾਤ ਦੀ ਨੀਂਦ ਲੈਣੀ, ਤੁਹਾਨੂੰ ਪਤਾ ਜਦੋਂ ਵੀ ਕੋਈ ਵੀ ਇਨਸਾਨ ਸੌਂਦਾ ਰਾਤੀ 10 ਵਜੇ ਤੋਂ ਲੈ ਕੇ 2 ਵਜੇ ਤੱਕ, ਜਿਹੜੇ ਉਹਦੇ ਹਾਰਮੋਨਸ ਬਣਦੇ ਆ ਅੰਦਰੋਂ, ਸਾਡੇ ਜਿਹੜੇ ਬਾਡੀ ਵਰਕ ਕਰਦੀ ਹੈ, ਸਪੈਸ਼ਲੀ 12 ਤੋਂ 2, ਅਦਰਵਾਈਜ਼ 10 ਤੋਂ 2 ਰਾਤ ਨੂੰ, ਸਾਡੀ ਬਾਡੀ ਜਿਹੜੇ ਹਾਰਮੋਨਸ ਪ੍ਰੋਡਿਊਸ ਕਰਦੀ ਹੈ, ਉਹੀ ਸਾਡੇ ਹਾਰਮੋਨਸ ਸਾਨੂੰ ਹਮੇਸ਼ਾ ਲਈ ਫਿੱਟ, ਯੰਗ ਤੇ ਐਕਟਿਵ ਰੱਖਦੇ। ਤੇ ਜੇ ਕੋਈ ਬੰਦਾ, ਉਹ ਜਿਹੜੇ ਹਾਰਮੋਨਸ ਹੈ ਉਦੋਂ ਹੀ ਪ੍ਰੋਡਿਊਸ ਹੁੰਦੇ ਜਦੋਂ ਅਸੀਂ ਸੋ ਰਹੇ ਹੁੰਦੇ, ਜਦੋਂ ਅਸੀਂ ਡੀਪ ਸਲੀਪ ਵਿੱਚ ਹੁੰਦੇ ਹਾਂ। ਹਾਂਜੀ, ਮੈਂ ਤੁਹਾਡੇ ਸਾਰਿਆਂ ਦਾ ਜਵਾਬ ਦੇਵਾਂਗੀ, ਪਹਿਲਾਂ ਤੁਸੀਂ ਸੁਣ ਲਓ ਮੈਂ ਕੀ ਕਹਿ ਰਹੀ ਹਾਂ, ਦੈਨ ਹਾਂ ਸਾਰੀਆਂ ਮੇਰੀਆਂ ਭੈਣਾਂ ਆਪਣੀਆਂ ਪ੍ਰੋਬਲਮਸ ਦੱਸਣਾ, ਬਟ ਜਿਹੜੇ ਪੁਆਇੰਟਸ ਮੈਂ ਤੁਹਾਨੂੰ ਦੱਸ ਰਿਹਾ ਤੁਸੀਂ ਉਹਨਾਂ ਨੂੰ ਨੋਟ ਕਰ ਸਕਦੇ ਹੋ। ਜੇ ਕੋਈ ਇਨਸਾਨ 10 ਤੋਂ 2 ਵਜੇ ਤੱਕ ਪ੍ਰੋਪਰ ਨੀਂਦ ਨਹੀਂ ਲੈਂਦਾ, ਉਹਦੇ ਉਹ ਯੰਗ ਰਹਿਣ ਵਾਲੇ ਹਾਰਮੋਨਸ, ਐਕਟਿਵ ਰਹਿਣ ਵਾਲੇ ਹਾਰਮੋਨਸ, ਫਿੱਟ ਰਹਿਣ ਵਾਲੇ ਹਾਰਮੋਨਸ ਕਦੇ ਵੀ ਨਹੀਂ ਬਣਦੇ, ਤੇ ਜਦੋਂ ਸਾਡੇ ਉਹ ਹਾਰਮੋਨਸ ਹੀ ਨਹੀਂ ਬਣਨਗੇ, ਅਸੀਂ ਕਿਵੇਂ ਜ਼ਿੰਦਗੀ 'ਚ ਫਿੱਟ ਹੋ ਜਾਵਾਂਗੇ। ਆਲਵੇਜ਼ ਨੋਟ ਕਰਿਓ ਕਿ ਤੁਸੀਂ ਰਾਤੀ 10 ਵਜੇ ਤੋਂ ਲੈ ਕੇ 2 ਵਜੇ ਤੱਕ ਤੁਹਾਨੂੰ ਨੀਂਦ ਕਿੱਦਾਂ ਦੀ ਆਉਂਦੀ ਹੈ। ਇਸ ਵੀਡੀਓ ਦੇ ਨੀਚੇ ਮੈਨੂੰ ਯੂਟਿਊਬ IMGC ਤੇ, ਮੇਰੇ ਆਫੀਸ਼ੀਅਲ ਚੈਨਲ ਤੇ ਜ਼ਰੂਰ ਮੈਨੂੰ ਦੱਸਣਾ, ਸੋ ਮੈਂ ਦੇਖਾਂ ਤੁਹਾਨੂੰ ਰਾਤ ਨੂੰ 10 PM ਤੋਂ ਲੈ ਕੇ 2 AM ਤੱਕ ਕਿਹੋ ਜਿਹੀ ਨੀਂਦ ਆਉਂਦੀ ਹੈ, ਤੁਸੀਂ ਰਾਤ ਨੂੰ ਕਿੰਨੀ ਵਾਰ ਉੱਠਦੇ ਹੋ, ਜਾਂ ਇੱਕੋ ਵਾਰ ਸੌਂਦੇ ਹੋ ਤੇ ਫਿਰ ਉੱਠ ਜਾਂਦੇ। ਜਦੋਂ ਮੈਨੂੰ ਵੀ ਸਟ੍ਰੈਸ ਸੀਗਾ,
ਸਮਟਾਈਮ ਸਾਨੂੰ ਆਪਣੇ ਕੰਮ ਕਰਕੇ ਹੋ ਜਾਂਦਾ, ਸਮਟਾਈਮ ਕਿਸੇ ਵੀ ਗੱਲ ਕਰਕੇ ਹੋ ਜਾਂਦਾ, ਕੋਈ ਘਟਨਾ ਹੋ ਜਾਂਦੀ ਤੁਹਾਡੀ ਜ਼ਿੰਦਗੀ ਵਿੱਚ, ਕਿਸੇ ਨੂੰ ਵੀ ਹੋ ਸਕਦਾ। ਸੋ ਮੈਨੂੰ ਵੀ ਸਾਰੀ ਰਾਤ ਨੀਂਦ ਨਹੀਂ ਸੀ ਆਉਂਦੀ ਹੁੰਦੀ, ਸੌਂਦੀ ਸੀ ਉੱਠ ਜਾਂਦੀ ਸੀ, ਸੌਂਦੀ ਸੀ ਉੱਠ ਜਾਂਦੀ, ਬਾਰ ਬਾਰ ਸੁਸੂ ਆਉਂਦਾ ਸੀਗਾ, ਰਾਈਟ। ਜਾਂ ਫਿਰ ਤੁਸੀਂ ਬੜੇ ਬੇਚੈਨ ਰਹਿੰਦੇ ਹੋ, ਸਾਰਾ ਦਿਨ ਰਾਤੀ ਫੋਨ ਦੇਖਦੇ ਰਹਿੰਦੇ, ਕਿੰਨੇ 2 ਵੱਜ ਗਏ, 1 ਵੱਜ ਗਿਆ, 3 ਵੱਜ ਗਏ, ਕਦੋਂ ਮੇਰਾ ਟਾਈਮ ਹੋਏਗਾ ਉੱਠਣ ਦਾ, ਕਦੋਂ ਅਲਾਰਮ ਵੱਜੇਗਾ। ਕਈ ਵਾਰੀ ਏਦਾਂ ਹੋ ਜਾਂਦਾ। ਨਹੀਂ, ਹੁਣ ਟੱਚਵੁੱਡ ਮੈਂ ਜਿੱਦਾਂ ਹੀ ਸੌਂਦੀ ਹਾਂ ਮੈਨੂੰ ਇੰਨੀ ਸੋਹਣੀ ਨੀਂਦ ਆਉਂਦੀ, ਕਿਉਂਕਿ ਮੈਂ ਆਪਣੇ ਆਪ ਨੂੰ ਸ਼ਾਂਤ ਕਰ ਲਿਆ, ਮੈਂ ਆਪਣੇ ਮਾਇੰਡ ਨੂੰ ਕੰਟਰੋਲ ਕਰ ਲਿਆ, ਮੈਂ ਆਪਣੀ ਬਾਡੀ ਨੂੰ ਕੰਟਰੋਲ ਕਰ ਲਿਆ। ਜਿਹੜੇ ਹਾਰਮੋਨਸ ਮੈਨੂੰ ਰਾਤੀ ਡਿਸਟਰਬ ਕਰਦੇ ਸੀਗੇ, ਮੈਂ ਖੁਸ਼ ਰਹਿਣਾ ਸ਼ੁਰੂ ਕਰਤਾ। ਅਸੀਂ ਜਿੰਨੇ ਜ਼ਿਆਦਾ ਖੁਸ਼ ਰਵਾਂਗੇ, ਉਨੇ ਜ਼ਿਆਦਾ ਸਾਨੂੰ ਅੱਛੀ ਨੀਂਦ ਆਏਗੀ। ਹੁਣ ਮੈਂ ਤੁਹਾਨੂੰ ਦੱਸਦੀ ਹਾਂ, ਤੁਸੀਂ ਇਹਨਾਂ ਵਿੱਚੋਂ ਮੈਨੂੰ ਦੱਸ ਸਕਦੇ ਹੋ, ਦੇਖੋ ਕਿੰਨੇ ਸਾਰੇ ਨੋਟਸ ਬਣਾਏ ਆ, ਜਸਟ ਜਿਨ੍ਹਾਂ ਨੂੰ ਸਲੀਪ ਦੀ ਪ੍ਰੋਬਲਮ ਹੈ, ਇਹ ਸਾਰੀਆਂ ਤੁਹਾਡੀਆਂ ਪ੍ਰੋਬਲਮਸ ਹੈ। ਦੇਖੋ, ਇਹਦੇ ਰੀਜ਼ਨ ਹੋ ਸਕਦਾ ਹੈ ਕਿਸੇ ਦੀ ਡੈਥ ਹੋ ਜਾਣਾ, ਕਿਸੇ ਬਹੁਤ ਲੰਬੀ ਬਿਮਾਰੀ ਤੋਂ ਜੂਝਣਾ, ਕਿਸੇ ਦਾ ਡਾਇਵੋਰਸ ਹੋ ਜਾਣਾ, ਕਿਸੇ ਦੀ ਜੋਬ ਚਲੇ ਜਾਣੀ, ਸਟ੍ਰੈਸਫੁਲ ਜ਼ਿੰਦਗੀ ਜੀਣਾ, ਇਰੈਗੂਲਰ ਸਲੀਪ ਟਾਈਮ, ਕਦੇ ਵੀ ਸੌਂਦੇ ਹੋ, ਕਦੇ ਵੀ ਉੱਠਦੇ ਹੋ, ਤੁਹਾਡੇ ਸੌਣ ਦਾ ਕੋਈ ਟਾਈਮ ਨਹੀਂ ਹੈ, ਬਹੁਤ ਜ਼ਿਆਦਾ ਸਟ੍ਰੈਸ ਰਹਿੰਦੇ ਹੋ, ਦਿਮਾਗ ਵਿੱਚ ਕੁਛ ਨਾ ਕੁਛ ਚੱਲਦਾ ਹੀ ਰਹਿੰਦਾ, ਭਾਵੇਂ ਜਾਗਦੇ ਹੋ ਭਾਵੇਂ ਸੁੱਤੇ ਹੋ। ਇਹਨਾਂ ਵਿੱਚੋਂ ਮੈਨੂੰ ਪਲੀਜ਼ ਜ਼ਰੂਰ ਦੱਸਣਾ ਕਮੈਂਟਸ ਵਿੱਚ, ਮੈਂਟਲ ਇਲਨੈਸ ਹੈ। ਮੈਂ ਮੈਂਟਲ ਹੈਲਥ 'ਤੇ ਵੀ ਵੀਡੀਓ ਲੈ ਕੇ ਆਵਾਂਗੀ। ਮੈਂਟਲ ਇਲਨੈਸ ਬਹੁਤ ਜ਼ਿਆਦਾ, ਬਰੀਦਿੰਗ 'ਚ ਪ੍ਰੋਬਲਮ ਆਉਂਦੀ ਹੈ, ਸਾਹ ਲੈਣ, ਜਿੱਦਾਂ ਘਬਰਾਹਟ ਹੋ ਜਾਂਦੀ ਹੈ, ਜਿੱਦਾਂ ਕੁੱਟਣ ਫੀਲ ਹੁੰਦੀ ਹੈ, ਜਿਵੇਂ ਕਾਹਲੀ ਪੈਂਦੀ ਹੈ ਕਿਸੇ ਬੰਦੇ ਨੂੰ, ਡਿਮੈਂਸ਼ੀਆ ਦੀ ਪ੍ਰੋਬਲਮ ਹੋ ਸਕਦੀ ਹੈ, ਸਰੀਰ ਵਿੱਚ ਦਰਦਾਂ ਹੁੰਦੀਆਂ, ਇਸ ਕਰਕੇ ਹਾਏ ਹਾਏ ਕਰਦੇ ਕਰਦੇ ਸਾਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ, ਇਚਿੰਗ ਜਾਂ ਕਿਤੇ ਖਾਰਿਸ਼ ਹੁੰਦੀ ਰਹੇਗੀ ਸਾਨੂੰ ਸੁੱਤੇ ਪਏ। ਪਾਰਕਿੰਸਨ ਡਿਜ਼ੀਜ਼ ਵਿੱਚ ਵੀ ਇਨਸਾਨ ਨੂੰ ਨੀਂਦ ਨਹੀਂ ਆਉਂਦੀ, ਮੈਨੋਪੌਜ਼ ਤੋਂ ਪਹਿਲਾਂ ਜਾਂ ਉਸ ਵਕਤ ਵੀ ਸਾਨੂੰ ਪ੍ਰੋਬਲਮ ਨੀਂਦ ਨਹੀਂ ਆਉਂਦੀ। ਡਾਈਜੈਸਟਿਵ ਪ੍ਰੋਬਲਮ ਹੋ ਸਕਦੀ ਹੈ ਪ੍ਰੈਗਨੈਂਸੀ ਦੇ ਦੌਰਾਨ, ਜਾਂ ਫਿਰ ਤੁਸੀਂ ਬਹੁਤ ਜ਼ਿਆਦਾ ਦਵਾਈਆਂ ਖਾਂਦੇ ਹੋ ਉਹਦੇ ਕਰਕੇ ਤੁਹਾਨੂੰ ਨੀਂਦ ਨਹੀਂ ਆਉਂਦੀ, ਅਤੇ ਜਾਂ ਫਿਰ ਤੁਸੀਂ ਬਹੁਤ ਜ਼ਿਆਦਾ ਪਾਰਟੀ ਕਰਦੇ ਹੋ, ਲੇਟ ਨਾਈਟ ਘਰੇ ਆਉਂਦੇ ਹੋ। ਇਹ ਸਾਰੇ ਰੀਜ਼ਨ 100% ਹੋਣਗੇ ਤੁਹਾਨੂੰ, ਜਿਹੜੇ ਵੀ ਬੰਦਿਆਂ ਨੂੰ ਨੀਂਦ ਨਹੀਂ ਆਉਂਦੀ ਹੋਏਗੀ, ਜਿੰਨੇ ਵੀ ਲੋਕਾਂ ਨੂੰ, ਜੋ ਵੀ ਮੇਰੀ ਇਹ ਵੀਡੀਓ ਦੇਖ ਰਿਹਾ, ਇਹਨਾਂ ਵਿੱਚੋਂ ਤੁਹਾਡਾ ਕੀ ਰੀਜ਼ਨ ਹੈ ਪਲੀਜ਼ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਣਾ। ਮੈਂ ਤੁਹਾਨੂੰ ਕੁਛ ਯੋਗਾ ਐਕਸਰਸਾਈਜ਼ ਦੱਸਣ ਜਾ ਰਹੀ ਹਾਂ, ਤੁਸੀਂ ਇਹਨੂੰ ਸੌਣ ਤੋਂ ਪਹਿਲਾਂ ਕਰ ਸਕਦੇ ਹੋ। ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗੀ ਕਿ ਕਿਹੜੇ ਸਾਡੇ ਦਿਮਾਗ ਵਿੱਚ ਹਾਰਮੋਨਸ ਹੈ ਜਿਹੜੇ ਸਾਨੂੰ ਰਾਤ ਨੂੰ ਸੌਣ ਨਹੀਂ ਦਿੰਦੇ, ਜਿਹੜੇ ਸਾਨੂੰ ਰਿਲੈਕਸ ਕਰਦੇ ਹੈ, ਅਤੇ 5 ਮਿੰਟ ਅਸੀਂ ਕਿਹੜਾ ਕੰਮ ਕਰਨਾ ਹੈ, ਕਿਹੜਾ ਐਕੂਪ੍ਰੈਸ਼ਰ ਪੁਆਇੰਟ ਦਬਾਉਣਾ ਹੈ ਜਿਹਦੇ ਸਾਨੂੰ ਬਹੁਤ ਅੱਛੀ ਨੀਂਦ ਆਏਗੀ, ਔਰ ਕਿਹੜਾ ਡਰਿੰਕ ਲੈਣਾ, ਇਹ ਮੈਂ ਤੁਹਾਨੂੰ ਦੱਸਾਂਗੀ ਯੋਗਾ ਆਸਨਸ ਤੋਂ ਬਾਅਦ। ਮੈਂ ਸਾਰੇ ਨੋਟਸ ਬਣਾਏ ਹੋਏ ਆ ਤੁਹਾਡੇ ਸਾਰਿਆਂ ਲਈ। ਸੋ ਆ ਜਾਓ, ਸਭ ਤੋਂ ਪਹਿਲਾਂ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਕੋਈ ਵੀ, ਮੈਂ ਤਾਂ ਹੁਣ ਯੋਗਾ ਦੀ ਡਰੈਸ ਪਾਈ ਹੈ ਕਿਉਂਕਿ ਮੈਂ ਯੋਗਾ ਕਰਨਾ ਸੀਗਾ। ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਕੋਈ ਵੀ ਲੂਜ਼ ਕੱਪੜੇ ਪਾਉਣੇ ਹੈ, ਟਾਈਟ ਕੱਪੜੇ ਪਾ ਕੇ ਨਹੀਂ ਸੌਣਾ ਕਿਸੇ ਨੇ ਵੀ। ਸੋ ਜਦੋਂ ਵੀ ਤੁਹਾਨੂੰ, ਤੁਸੀਂ ਬੈੱਡ 'ਤੇ ਰਾਤ ਨੂੰ ਚਲੇ ਗਏ, ਜਸਟ ਵੀਅਰ ਲਾਈਟ ਕਲਰ ਦੇ ਕਲੋਥਸ ਪਾ ਸਕਦੇ ਹੋ, ਡਾਰਕ ਵੀ ਪਾ ਸਕਦੇ ਹੋ, ਬਟ ਕੋਸ਼ਿਸ਼ ਕਰਨੀ ਹੈ ਲੂਜ਼ ਕੱਪੜੇ ਪਾਉਣੇ ਹੈ। ਔਰ ਸੌਣ ਤੋਂ ਪਹਿਲਾਂ ਤੁਸੀਂ ਇੱਥੇ ਚਲੇ ਜਾਂਦੇ ਹੋ, ਤੁਸੀਂ ਜਿਵੇਂ ਪਿੱਲੋ ਦਾ ਸਾਡੇ ਸਾਰਿਆਂ ਕੋਲ ਹੀ ਹੁੰਦਾ, ਬਿਲਕੁਲ ਰਿਲੈਕਸ ਹੋ ਜਾਣਾ। 1 ਘੰਟੇ ਪਹਿਲਾਂ ਆਪਣੇ ਫੋਨ ਨੂੰ ਬੰਦ ਕਰ ਦੇਣਾ, ਕੋਈ ਵੀ ਖ਼ਬਰਾਂ ਨਹੀਂ ਸੁਣਨੀਆਂ, ਕੋਈ ਵੀ ਨਿਊਜ਼ ਨਹੀਂ ਸੁਣਨਾ, ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਸੁਣਨੀ ਜਿਹਦਾ ਸਾਡੇ ਦਿਮਾਗ ਦੇ ਉੱਤੇ ਅਸਰ ਪਵੇ। ਕਈ ਲੋਕਾਂ ਨੂੰ ਕੀ ਹੈ, ਟੀਵੀ ਦੇਖਦੇ ਦੇਖਦੇ ਨੀਂਦ ਆਉਂਦੀ, ਨੋ, ਵਿਚ ਇਜ਼ ਵੈਰੀ ਰੋਂਗ। ਟੀਵੀ, ਫੋਨ, 1 ਘੰਟੇ ਪਹਿਲਾਂ ਕੋਈ ਫਿਲਮਾਂ ਨਹੀਂ ਦੇਖਣੀਆਂ, ਕੁਛ ਨਹੀਂ ਦੇਖਣਾ, ਜਿਸ ਮਾਇੰਡ ਨੂੰ ਰਿਲੈਕਸ ਕਰਨਾ। ਕੋਈ ਵੀ ਨੋਵਲ ਪੜ੍ਹ ਸਕਦੇ ਹੋ, ਕੋਈ ਵੀ ਕਹਾਣੀਆਂ ਪੜ੍ਹ ਸਕਦੇ ਹੋ, ਮੈਡੀਟੇਸ਼ਨ ਕਰ ਸਕਦੇ ਹੋ, ਧਿਆਨ ਲਗਾ ਸਕਦੇ ਹੋ, ਬਟ ਤੁਸੀਂ ਕੀ ਕਰਨਾ, ਕਿਸੇ ਵੀ ਡਰੈਸ ਵਿੱਚ ਅੱਜ ਰਾਤ ਤੋਂ ਤੁਸੀਂ ਇਹਨੂੰ ਟਰਾਈ ਕਰੋ। ਤੁਸੀਂ ਸਿੱਧੇ ਬੈਠ ਜਾਣਾ, ਦੈਨ ਤੁਸੀਂ ਕੋਈ ਵੀ ਸਰਾਣਾ ਪਿੱਲੋ ਇੱਦਾਂ ਰੱਖ ਲੈਣਾ, ਔਰ ਕੋਸ਼ਿਸ਼ ਕਰਨੀ ਹੈ ਤੁਸੀਂ ਟਰਾਈ ਟੂ ਟੱਚ ਯੋਰ ਫੀਟ ਬਿਨਾਂ ਗੋਡੇ ਮੋੜੇ, ਆਪਣੇ ਫੀਟ ਨੂੰ ਟੱਚ ਕਰਨਾ। ਨਹੀਂ ਵੀ ਹੁੰਦਾ ਤਾਂ ਵੀ ਕੋਈ ਗੱਲ ਨਹੀਂ, ਬਟ ਜਿੰਨਾ ਵੀ ਹੁੰਦਾ ਲਾਈਕ ਦਿਸ, ਅਦਰ ਸਾਈਡ, ਬਿਲਕੁਲ ਆਪਣੇ ਆਪ ਨੂੰ ਰਿਲੈਕਸ ਕਰ ਦੇਣਾ। ਸੌਣ ਤੋਂ ਪਹਿਲਾਂ ਬਿਲਕੁਲ ਰਿਲੈਕਸ ਹੋਵਾਂਗੇ ਤਾਂ ਸਾਨੂੰ ਬਹੁਤ ਅੱਛੀ ਨੀਂਦ ਆਏਗੀ। ਦੇਖੋ ਅਗੇਨ, ਤੁਸੀਂ ਇਹਨੂੰ 3 ਤੋਂ 4 ਸੈਕਿੰਡ ਹੋਲਡ ਕਰ ਸਕਦੇ ਹੋ, 5 ਸੈਕਿੰਡ ਹੋਲਡ ਕਰ ਸਕਦੇ ਹੋ ਤਾਂ ਬਹੁਤ ਹੀ ਅੱਛਾ, ਔਰ 5 ਵਾਰੀ ਰਿਪੀਟ ਕਰਨਾ ਹੈ ਤੁਸੀਂ ਇਸ ਆਸਨ। ਇੱਕ ਲੈਗ ਤੁਸੀਂ ਇੱਦਾਂ ਰੱਖ ਲਈ,
ਦੂਜੀ ਬਿਲਕੁਲ ਸਟ੍ਰੇਟ। ਤੁਸੀਂ ਸਟ੍ਰੇਟ ਵੀ ਰੱਖ ਸਕਦੇ ਹੋ, ਜਿਨ੍ਹਾਂ ਦੀ ਸਟ੍ਰੇਟ ਨਹੀਂ ਹੁੰਦੀ ਤੁਸੀਂ ਥੋੜ੍ਹੀ ਜਿਹੀ ਮੋੜ ਵੀ ਸਕਦੇ ਹੋ, ਫੋਲਡ ਵੀ ਕਰ ਸਕਦੇ ਹੋ। ਜਿਨ੍ਹਾਂ ਨੇ ਹਲੇ ਇਨੀਸ਼ੀਅਲ ਸ਼ੁਰੂ ਕੀਤਾ, ਜਿਨ੍ਹਾਂ ਦੀ ਸ਼ੁਰੂਆਤ ਹੈ, ਉਹ ਇੱਦਾਂ ਰੱਖ ਸਕਦੇ ਹੈ। ਬਟ ਕੋਸ਼ਿਸ਼ ਕਰਨੀ ਹੈ ਇਹ ਲੈਗ ਤੁਹਾਡੀ ਇੱਦਾਂ ਰਹਿਣੀ ਚਾਹੀਦੀ ਔਰ ਇਹ ਲੈਗ ਇੱਦਾਂ ਰਹਿਣੀ ਚਾਹੀਦੀ। ਦੇਖੋ ਤੁਸੀਂ ਮੇਰੀ ਪੋਜੀਸ਼ਨ, ਔਰ ਤੁਸੀਂ ਬਿਲਕੁਲ ਸਲੋ ਸਲੋ ਕਰਨਾ ਔਰ ਪੂਰਾ ਤੁਸੀਂ ਇਸ ਲੈਗ ਨੂੰ ਇੱਦਾਂ ਰੱਖ ਲੈਣਾ। ਬੈਕ ਵਾਲੀ ਮੇਰੀ ਲੈਗ ਤੁਸੀਂ ਦੇਖ ਸਕਦੇ ਹੋ, ਠੀਕ ਹੈ ਜੀ। ਨਾਈਟ ਸੂਟ ਵਿੱਚ ਵੀ ਕਰ ਸਕਦੇ ਹੋ, ਕਿਸੇ ਵੀ ਡਰੈਸ ਵਿੱਚ ਤੁਸੀਂ ਇਹਨੂੰ ਕਰ ਸਕਦੇ ਹੋ। ਸਿੱਧੇ ਲੇਟ ਜਾਣਾ, ਸਲੋ ਸਲੋ ਤੁਸੀਂ ਇੱਕ ਲੈਗ ਨੂੰ ਚੱਕਣਾ ਬਿਲਕੁਲ ਸਟ੍ਰੇਟ। ਔਰ ਤੁਸੀਂ ਤੁਸੀਂ ਇੱਦਾਂ ਵੀ ਫੜ ਸਕਦੇ ਹੋ, ਇੱਥੋਂ ਇੱਦਾਂ ਫੜ ਸਕਦੇ ਹੋ, ਠੀਕ ਹੈ। ਜਿੰਨਾ ਇਹਨੂੰ ਕਲੋਜ਼ ਲੈ ਕੇ ਆ ਸਕਦੇ, try to touch your knee with your hand. Then ese leg like this, is our mind nu ekdam relax kar denda hai, shant ho jata hai. Other leg again to same eta fad sakte ho. ਦੋਨੋਂ ਲੈਗਸ ਨੂੰ ਸਟ੍ਰੇਟ ਰੱਖਣਾ, ਹੈਂਡਸ ਤੁਸੀਂ ਇੱਦਾਂ ਵੀ ਰੱਖ ਸਕਦੇ ਹੋ, ਇੱਦਾਂ ਵੀ ਰੱਖ ਸਕਦੇ ਹੋ, ਤੁਸੀਂ ਇਹਨੂੰ ਜਸਟ ਲਾਈਕ ਦਿਸ, ਪੈਰ ਨਹੀਂ ਚੱਕਣੇ, ਜਸਟ ਲੈਗਸ ਹਿੱਲਣਗੇ ਲਾਈਕ ਦਿਸ। ਤੁਹਾਡੇ ਮਾਇੰਡ ਨੂੰ ਹੌਲੀ ਹੌਲੀ ਰਿਲੈਕਸ ਕਰਨਾ ਸ਼ੁਰੂ ਕਰਦੇ ਹੋ। ਇਸ ਤੋਂ ਬਾਅਦ ਤੁਸੀਂ ਲਾਈਕ ਦਿਸ ਦੋਨੋਂ ਲੈਗਸ ਨੂੰ ਸਿਰ ਉੱਪਰ ਲੈ ਕੇ ਆਉਂਦੀ ਹੋਊਗੀ, ਇਕਦਮ ਹੱਕ ਕਰਨਾ ਆਪਣੇ ਆਪ ਨੂੰ, ਬਿਲਕੁਲ ਰਿਲੈਕਸਿੰਗ ਮੂਡ ਵਿੱਚ ਚਲੇ ਜਾਣਾ। ਔਰ ਦੈਨ ਦੋਨੋਂ ਪੈਰਾਂ ਨਾਲ ਤੁਸੀਂ ਨਮਸਤੇ ਕਰਨੀ, ਦੇਖ ਰਹੇ ਇੱਦਾਂ, ਠੀਕ ਹੈ। ਇਸੇ ਪੋਜੀਸ਼ਨ ਵਿੱਚ ਤੁਸੀਂ ਨੀਚੇ ਆਉਣਾ ਹੈ, ਤੁਸੀਂ ਇੱਥੇ ਨੀਚੇ ਪਿੱਲੋ ਵੀ ਰੱਖ ਸਕਦੇ ਹੋ, ਪਿੱਲੋ ਨਹੀਂ ਵੀ ਹੈ ਤਾਂ ਤੁਸੀਂ ਇਸ ਪੋਜੀਸ਼ਨ ਵਿੱਚ ਥੋੜ੍ਹੀ ਦੇਰ ਲਈ ਲੇਟਣਾ ਹੈ ਔਰ ਸਿਰਫ ਤੁਹਾਡਾ ਧਿਆਨ ਤੁਹਾਡੀ ਬ੍ਰੀਦਿੰਗ 'ਤੇ ਹੋਣਾ ਚਾਹੀਦਾ। ਇਸ ਪੋਜੀਸ਼ਨ ਵਿੱਚ ਇਸ ਪੋਜੀਸ਼ਨ ਵਿੱਚ ਲੇਟ ਜਾਓ,
ਤੁਸੀਂ ਦੇਖੋਗੇ ਜਿੱਦਾਂ ਹੀ ਤੁਸੀਂ ਇਸ ਪੋਜੀਸ਼ਨ ਵਿੱਚ ਆਓਗੇ ਤੁਹਾਨੂੰ ਨੀਂਦ ਆਉਣੀ ਸ਼ੁਰੂ ਹੋ ਜਾਏਗੀ। ਤੁਸੀਂ ਇੱਦਾਂ ਵੀ ਸੋਚ ਸਕਦੇ ਅਦਰਵਾਈਜ਼ ਤੁਸੀਂ ਦਿਸ ਇਜ਼ ਦ ਬੈਸਟ ਪੋਜੀਸ਼ਨ ਟੂ ਸਲੀਪ। ਜ਼ਿਆਦਾ ਇਸ ਨੂੰ ਬੈਕ 'ਚ ਪ੍ਰੋਬਲਮ ਹੈ ਇੱਦਾਂ ਤੁਸੀਂ ਪੀਲੋ ਰੱਖ ਸਕਦੇ ਹੋ ਆਪਣੀ ਲੈਗਸ ਦੇ ਵਿੱਚ ਘਰ। ਇੱਦਾਂ ਸੌਣ ਵਾਲੇ ਇਨਸਾਨ ਨੂੰ ਕਦੇ ਵੀ ਪਿਗਮੈਂਟੇਸ਼ਨ ਨਹੀਂ ਹੁੰਦੀ, ਕਦੇ ਵੀ ਉਹਨੂੰ ਬੋਡੀ 'ਚ ਕਿਤੇ ਵੀ ਪੇਨ ਨਹੀਂ ਹੁੰਦੀ। ਹਮੇਸ਼ਾ ਆਪਣੇ ਇੱਕ ਹੱਥ ਨੂੰ ਆਪਣੇ ਸਿਰ ਦੇ ਨੀਚੇ ਰੱਖੋ, ਫੇਸ ਲੈਵਲ ਸਟ੍ਰੇਟ ਹੋਣਾ ਚਾਹੀਦਾ, ਇੱਦਾਂ ਨਹੀਂ ਸੋਣਾ ਥੱਲੇ ਨੂੰ ਕਰਕੇ, ਇਹਦੇ ਨਾਲ ਪਿਗਮੈਂਟੇਸ਼ਨ ਆਉਂਦੀ ਹੈ। ਲਾਈਕ ਦਿਸ, ਦਿਸ ਇਜ਼ ਦ ਬੈਸਟ ਪੋਜੀਸ਼ਨ ਟੂ ਸਲੀਪ। ਜੇ ਤੁਸੀਂ ਉੱਠਣਾ ਵੀ ਹੈ ਤੇ ਇਸੇ ਪੋਜੀਸ਼ਨ ਵਿੱਚ ਤੁਸੀਂ ਇੱਦਾਂ ਉੱਠਣਾ। ਕਿਸੇ ਨੇ ਵੀ ਸਿੱਧਾ ਨਹੀਂ ਉੱਠਣਾ, ਸਿੱਧੇ ਉੱਠਣ ਦੇ ਨਾਲ ਸਿੱਧਾ ਅਸਰ ਸਾਡੀ ਰੀੜ ਦੀ ਹੱਡੀ ਤੇ ਪੈਂਦਾ। ਜਿਨ੍ਹਾਂ ਨੂੰ ਵੀ ਨੀਂਦ ਦੀ ਪ੍ਰੋਬਲਮ ਹੈ, ਤੁਸੀਂ ਅੱਜ ਰਾਤ ਤੋਂ ਇਹ ਆਸਨਸ ਕਰਨੇ ਸ਼ੁਰੂ ਕਰੋ ਔਰ ਫਿਰ ਮੈਨੂੰ ਦੱਸੋ ਕਿ ਤੁਹਾਨੂੰ ਹੁਣ ਨੀਂਦ ਕਿੱਦਾਂ ਆਉਂਦੀ ਹੈ। ਦੇਖੋ ਕਿੰਨਾ ਰਿਲੈਕਸ ਹੋ ਜਾਂਦਾ। ਤੁਸੀਂ ਕੀ ਕਰਨਾ, ਸੌਣ ਤੋਂ ਪਹਿਲਾਂ ਜਿੱਦਾਂ ਹੀ ਤੁਸੀਂ ਬੈੱਡ 'ਤੇ ਚਲੇ ਜਾਂਦੇ ਹੋ, ਬਦਾਮ ਰੋਗਨ ਦਾ ਤੇਲ ਲੈਣਾ ਹੈ, ਤੁਸੀਂ ਬਦਾਮ ਰੋਗਨ ਆਇਲ ਲੈਣਾ, ਇੱਕ ਬੂੰਦ ਇੱਥੇ, ਇੱਕ ਡਰੋਪ ਇੱਥੇ, ਵਨ ਡਰੋਪ ਇੱਥੇ, ਵਨ ਡਰੋਪ ਇੱਥੇ, ਦੋ ਡਰੋਪ ਇੱਧਰ, ਦੋ ਡਰੋਪ ਇੱਧਰ, ਬਦਾਮ ਰੋਗਨ ਆਇਲ ਦੇ ਦੋ ਡਰੋਪਸ ਇੱਧਰ, ਦੋ ਡਰੋਪਸ ਇੱਧਰ, ਵਨ ਡਰੋਪ ਇੱਥੇ, ਵਨ ਡਰੋਪ ਇੱਥੇ। ਇਹਨੂੰ ਚੰਗੀ ਤਰ੍ਹਾਂ ਤੁਸੀਂ ਮਸਾਜ ਕਰਨੀ ਆਪਣੇ ਹੱਥਾਂ 'ਤੇ। ਲੇਟ ਕੇ ਜਦੋਂ ਤੁਸੀਂ ਨੱਕ ਵਿੱਚ ਬਦਾਮ ਰੋਗਨ ਪਾ ਲਿਆ, ਲੇਟੇ ਲੇਟੇ ਤੁਸੀਂ ਆਪਣੇ ਹੈਂਡਸ ਨੂੰ ਮਸਾਜ ਕਰਨਾ। ਉਦੋਂ ਤੱਕ ਮਸਾਜ ਕਰਨਾ ਜਦੋਂ ਤੱਕ ਤੁਹਾਡੇ ਹੱਥਾਂ ਚੋਂ ਗਰਮੈਸ਼ ਨਾ ਆਉਣੀ ਸ਼ੁਰੂ ਹੋ ਜਾਏ। ਔਰ ਤੁਸੀਂ ਦੇਖੋਗੇ ਇਹ ਕਰਦੇ ਕਰਦੇ ਹੀ ਤੁਹਾਨੂੰ ਨੀਂਦ ਆ ਜਾਏਗੀ ਔਰ ਤੁਸੀਂ ਸੋ ਜਾਓ। ਹੁਣ ਮੈਂ ਕੁਝ ਡਰਿੰਕਸ ਲਿਖਿਆ ਤੁਹਾਡੇ ਲਈ। ਤੁਹਾਨੂੰ ਪਤਾ ਜਦੋਂ ਸਾਨੂੰ ਨੀਂਦ ਨਹੀਂ ਆਉਂਦੀ, ਮੈਲਾਟੋਨਿਨ ਕਰਕੇ ਸਾਡੇ ਸਰੀਰ ਵਿੱਚ ਇੱਕ ਹਾਰਮੋਨ ਹੁੰਦਾ ਜਿਹਨੂੰ ਰੋਸ਼ਨੀ ਤੋਂ ਬੜੀ ਜ਼ਿਆਦਾ ਨਫ਼ਰਤ ਹੈ, ਜਿਹਨੂੰ ਪ੍ਰਕਾਸ਼ ਤੋਂ ਬੜੀ ਜ਼ਿਆਦਾ ਨਫ਼ਰਤ, ਜਿਹਨੂੰ ਹਨੇਰਾ ਪਸੰਦ ਹੈ। ਜਦੋਂ ਵੀ ਅਸੀਂ ਡਿਪਰੈਸਡ ਫੀਲ ਕਰਦੇ ਹਾਂ, ਜਦੋਂ ਵੀ ਅਸੀਂ ਸੈਡ ਫੀਲ ਕਰਦੇ ਹਾਂ, ਸਾਨੂੰ ਅਸੀਂ ਹਨੇਰੇ 'ਚ ਰਹਿਣਾ ਪਸੰਦ ਕਰਦੇ ਹਾਂ, ਸਾਨੂੰ ਕਦੇ ਵੀ ਰੋਸ਼ਨੀ ਪਸੰਦ ਨਹੀਂ ਹੁੰਦੀ, ਸਾਨੂੰ ਉਜਾਲਾ ਪਸੰਦ ਨਹੀਂ ਹੁੰਦਾ। ਇਸ ਕਰਕੇ ਸਾਡਾ ਜਦੋਂ ਮੈਲਾਟੋਨਿਨ, ਜਿਹੜਾ ਪਿਊਟਿਊਟਰੀ ਸਾਡਾ ਗਲੈਂਡ ਹੁੰਦਾ ਦਿਮਾਗ ਦੇ ਨੀਚੇ, ਇੱਥੋਂ ਇਹ ਮੈਲਾਟੋਨਿਨ ਪ੍ਰੋਡਿਊਸ ਹੋਣਾ ਸ਼ੁਰੂ ਹੋ ਜਾਂਦਾ। ਜਿਨ੍ਹਾਂ ਨੂੰ ਵੀ ਇਹ ਪ੍ਰੋਡਿਊਸ ਹੁੰਦਾ ਜਾਂ ਘੱਟ ਪ੍ਰੋਡਿਊਸ ਹੁੰਦਾ, ਉਹਨਾਂ ਨੂੰ ਹਮੇਸ਼ਾ ਹੀ ਨੀਂਦ ਦੀ ਪ੍ਰੋਬਲਮ ਰਹੇਗੀ। ਤਾਂ ਹੀ ਤਾਂ ਡਾਕਟਰ ਸਾਨੂੰ ਮੈਲਾਟੋਨਿਨ ਦਾ ਗੋਲੀਆਂ ਦਿੰਦੇ, ਦਵਾਈਆਂ ਦਿੰਦੇ ਕਿ ਇਹਦੇ ਦਿਮਾਗ 'ਚ ਪ੍ਰੋਡਿਊਸ ਹੀ ਨਹੀਂ ਹੋ ਰਿਹਾ, ਇਸ ਕਰਕੇ ਇਹਨੂੰ ਨੀਂਦ ਹੀ ਨਹੀਂ ਆ ਰਹੀ। ਇਹ ਖਾਏਗਾ ਤੇ ਇਹਦਾ ਇਹ ਲੈਵਲ ਠੀਕ ਹੋਣਾ ਸ਼ੁਰੂ ਹੋ ਜਾਏਗਾ। ਤੁਸੀਂ ਅਗਰ ਦਵਾਈਆਂ ਲੈਣਾ ਚਾਹੁੰਦੇ ਹੋ, ਤੁਸੀਂ ਦੇਖੋਗੇ ਜੋ ਵੀ ਲੋਕ ਨੀਂਦ ਦੀਆਂ ਸਲੀਪਿੰਗ ਟੈਬਲੇਟਸ ਲੈਂਦੇ, ਉਹਦੇ 'ਚ ਇਹ ਹਾਰਮੋਨ ਜ਼ਰੂਰ ਹੋਏਗਾ, ਇਹ ਜ਼ਰੂਰ ਕੈਮੀਕਲ ਪਾਇਆ ਹੋਏਗਾ। ਔਰ ਜਦੋਂ ਵੀ ਅਸੀਂ ਦਵਾਈਆਂ ਖਾਂਦੇ ਹਾਂ, ਸਿੱਧਾ ਅਸਰ ਸਾਡਾ ਕਿਡਨੀ 'ਤੇ ਪੈਂਦਾ, ਸਾਡੇ ਲੀਵਰ 'ਤੇ ਪੈਂਦਾ। ਅੱਜ ਅਸੀਂ ਦਵਾਈਆਂ ਖਾ ਕੇ ਜ਼ਰੂਰ ਠੀਕ ਹੋ ਰਹੇ ਹਾਂ, ਬਟ ਸਾਡੀ ਕਿਡਨੀ ਬਹੁਤ ਬੁਰੀ ਤਰ੍ਹਾਂ ਡੈਮੇਜ ਹੋ ਜਾਂਦੀ ਹੈ ਮੇਰੇ ਕੋਲ। ਅਤੇ ਰੋਜ਼ ਹੀ ਇਹੋ ਜਿਹੇ ਕਲਾਇੰਟਸ ਆਉਂਦੇ ਜਿਹੜੇ ਕਹਿੰਦੇ ਦੀਦੀ ਸਾਡੀ ਕਿਡਨੀ ਦੇ ਵਿੱਚ ਪ੍ਰੋਬਲਮ ਹੈ, ਸਾਡੇ ਲੀਵਰ ਦੇ ਵਿੱਚ ਪ੍ਰੋਬਲਮ ਹੈ, ਸਾਡੇ ਇਮਿਊਨ ਸਿਸਟਮ 'ਚ ਪ੍ਰੋਬਲਮ ਆ ਗਈ, ਸਾਨੂੰ ਇਹ ਪ੍ਰੋਬਲਮ ਆ ਗਈ, ਸਾਨੂੰ ਇਹ ਆ ਗਈ। ਕਿਉਂ? ਕਿਉਂਕਿ ਤੁਸੀਂ ਇੰਨੇ ਸਾਲਾਂ ਤੋਂ ਦਵਾਈਆਂ ਖਾ ਰਹੇ ਹੋ। ਜਦੋਂ ਦਵਾਈਆਂ ਤੁਸੀਂ ਇੰਨੇ ਸਾਲਾਂ ਤੋਂ ਖਾ ਰਹੇ ਹੋ, ਕਿਤੇ ਨਾ ਕਿਤੇ ਤਾਂ ਉਹਨੇ ਠੀਕ ਕਰਨਾ ਨਾ। ਜੇ ਉਹਨੇ ਦਿਮਾਗ ਨੂੰ ਠੀਕ ਕਰਨਾ ਤਾਂ ਉਹਨੇ ਕਿਡਨੀ ਨੂੰ ਫੇਲ ਕਰ ਦੇਣਾ, ਜੇ ਉਹਨੇ ਹਾਰਟ ਨੂੰ। ਔਰ ਤੁਹਾਨੂੰ ਪਤਾ ਜਿਹੜੇ ਲੋਕ ਪ੍ਰੋਪਰ ਨੀਂਦ ਨਹੀਂ ਲੈਂਦੇ, ਉਹਨਾਂ ਨੂੰ ਹਾਰਟ ਅਟੈਕ ਹੋਣ ਦੇ ਕਿੰਨੇ ਜ਼ਿਆਦਾ ਚਾਂਸਿਸ ਹੈ। ਉਹਨਾਂ ਦੀ ਜਿਹੜੀ ਧੜਕਣ ਹੈ ਬਾਕੀ ਲੋਕਾਂ ਨਾਲੋਂ ਜ਼ਿਆਦਾ ਫਾਸਟ ਹੋਏਗੀ। ਤੁਸੀਂ ਕਦੇ ਵੀ ਨੋਟ ਕਰਕੇ ਦੇਖ ਲਿਓ, ਜਦੋਂ ਤੁਸੀਂ ਰਾਤੀ ਸੁੱਤੇ ਹੋਵੋਗੇ ਨਾ, ਤੁਹਾਨੂੰ ਨੀਂਦ ਨਹੀਂ ਆ ਰਹੀ ਹੋਏਗੀ, ਤੁਹਾਡਾ ਦਿਲ ਤੇਜ਼ 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 ਰੈਪਿਡ ਠਕ 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 ਧੜਕ ਰਿਹਾ ਹੋਏਗਾ, ਜਾਂ ਫਿਰ ਤੁਹਾਨੂੰ ਬਹੁਤ ਜ਼ਿਆਦਾ ਬੇਚੈਨੀ ਕਾਹਲੀ ਪਏਗੀ। ਮੇਰੇ ਨਾਲ ਦਾ ਬੰਦਾ ਸੋ ਰਿਹਾ, ਮੈਨੂੰ ਨੀਂਦ ਕਿਉਂ ਨਹੀਂ ਆਉਂਦੀ, ਮੈਂ ਕਿਉਂ ਬੇਚੈਨ ਹੋ ਰਹੀ ਹਾਂ, ਮੈਂ ਫੋਨ ਦੇਖੀ ਜਾ ਰਹੀ ਹਾਂ, ਮੈਂ ਆਹ ਕਰੀ ਜਾ ਰਹੀ ਹਾਂ, ਕਦੋਂ ਸਵੇਰਾ ਹੋਏਗਾ, ਕਦੋਂ ਸਵੇਰਾ, ਕਿਉਂਕਿ ਮੈਲਾਟੋਨਿਨ ਹਾਰਮੋਨਸ ਹੀ ਤੁਹਾਡੇ ਅੰਦਰ ਨਹੀਂ ਬਣਦਾ ਪਿਆ। ਉਹ ਕਿਹੜੀਆਂ ਚੀਜ਼ਾਂ ਹਨ ਜਿਹਨੂੰ ਅਸੀਂ ਖਾਵਾਂਗੇ? ਤੁਸੀਂ ਚੈਰੀ ਆਪਣੀ ਡਾਇਟ ਵਿੱਚ ਐਡ ਕਰ ਸਕਦੇ ਹੋ, ਕੀਵੀ ਆਪਣੀ ਡਾਇਟ ਵਿੱਚ ਐਡ ਕਰ ਸਕਦੇ ਹੋ, ਆਲਮੰਡਸ ਆਪਣੀ ਡਾਇਟ ਵਿੱਚ ਐਡ ਕਰ ਸਕਦੇ ਹੋ। ਜਿਹੜੀਆਂ ਮੇਰੀਆਂ ਭੈਣਾਂ ਨੌਨ ਵੈਜੀਟੇਰੀਅਨ ਹੈ, ਉਹ ਫਿਸ਼ ਐਡ ਕਰ ਸਕਦੀਆਂ, ਬਟ ਚੈਰੀ ਇਜ਼ ਦਾ ਬੈਸਟ ਫੂਡ। ਕਿਸੇ ਵੀ ਮੇਰੀ ਭੈਣ ਨੂੰ, ਕਿਸੇ ਨੂੰ ਵੀ ਜੋ ਮੇਰੀ ਵੀਡੀਓ ਦੇਖ ਰਿਹਾ, ਅਗਰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਐਡ ਚੈਰੀ ਇਨ ਯੋਰ ਡਾਇਟ। ਤੁਸੀਂ ਆਫਟਰਨੂਨ 'ਚ ਚੈਰੀ ਲੈ ਸਕਦੇ ਹੋ, 5-6 ਪੀਸ ਤੁਸੀਂ ਚੈਰੀ ਦੇ ਲੈਣੇ ਹੈ।
ਕੀਵੀ ਦੇ ਤੁਸੀਂ ਲੈ ਸਕਦੇ ਹੋ, ਬਦਾਮ ਤੁਸੀਂ ਲੈ ਸਕਦੇ ਹੋ। ਇਹਨਾਂ ਨੂੰ ਤੁਸੀਂ ਜਿਵੇਂ ਲੈਣਾ ਸ਼ੁਰੂ ਕਰੋਗੇ ਤਾਂ ਦੇਖੋਗੇ ਤੁਹਾਡਾ ਮੈਲਾਟੋਨਿਨ ਹਾਰਮੋਨ ਬਣਨਾ ਸ਼ੁਰੂ ਹੋ ਜਾਏਗਾ। ਜਦੋਂ ਅਸੀਂ ਸਵੇਰੇ ਉੱਠਦੇ ਹਾਂ ਜਿਹੜਾ ਸਾਡਾ ਕੋਰਟੀਸੋਲ ਲੈਵਲ ਹੈ, ਮੈਲਾਟੋਨਿਨ ਲੈਵਲ ਸਾਡਾ ਬਹੁਤ ਆਰਾਮ ਨਾਲ ਅਸੀਂ ਸੁੱਤੇ ਹੁੰਦੇ ਹਾਂ, ਸਾਡਾ ਉਹ ਹਾਰਮੋਨਸ ਐਕਟਿਵ ਹੁੰਦਾ ਹੈ। ਅਤੇ ਜਿੱਦਾਂ ਹੀ ਅਸੀਂ ਉੱਠਦੇ ਹਾਂ ਸਾਡਾ ਕੋਰਟੀਸੋਲ ਲੈਵਲ ਹਾਰਮੋਨ ਐਕਟਿਵ ਹੋਣਾ ਸ਼ੁਰੂ ਹੋ ਜਾਂਦਾ ਹੈ, ਅਤੇ ਜਿਹੜਾ ਮੈਲਾਟੋਨਿਨ ਹੈ ਉਹ ਲੈਵਲ ਉਹਦਾ ਘੱਟਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਅਸੀਂ ਰਾਤ ਨੂੰ 8:30 ਜਿੱਦਾਂ ਮੈਥ ਹੁੰਦਾ ਸੀ, ਮੈਂ ਆਪਣੀ ਐਗਜ਼ਾਮਪਲ ਦਿੰਦੀ ਹਾਂ, ਮੈਂ 8:30 ਮੇਰੀ ਬਾਡੀ ਦੀ ਬੈਟਰੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ, ਮੇਰਾ ਮੈਲਾਟੋਨਿਨ ਹਾਰਮੋਨ ਬਣਨਾ ਸ਼ੁਰੂ ਹੋ ਜਾਂਦਾ। ਜਦੋਂ ਬਣਦਾ ਹੈ ਤਾਂ ਮੈਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ, ਮੈਂ ਬੈਠੀ ਬੈਠੀ ਅੱਧਾ ਹੋ ਜਾਂਦੀ। ਦੈਟ ਮੀਨਸ ਸਾਡਾ ਮੈਲਾਟੋਨਿਨ ਹਾਰਮੋਨ ਨੇ ਹੁਣ ਇੰਡੀਕੇਸ਼ਨ ਦੇ ਦਿੱਤੀ ਕਿ ਗੁਰਲੀਨ ਇਟਸ ਟਾਈਮ ਟੂ ਸਲੀਪ, ਕਿਉਂਕਿ ਮੈਨੂੰ ਪਤਾ ਹੈ ਮੇਰਾ ਲਾਸਟ ਟਾਈਮ ਹੈ 9:30 ਸੌਣ ਦਾ। ਕੋਈ ਵੈਸੇ ਮੈਂ ਬਿਜ਼ੀ ਹੋਵਾਂ ਅਤੇ ਬਾਹਰ ਹੋਵਾਂ ਤਾਂ 9:30 ਹੱਦ ਤੱਕ ਮੈਂ ਸੌ ਜਾਂਦੀ ਹਾਂ, ਉੱਦਾਂ ਹੀ ਮੇਰੀ ਬਾਡੀ ਵਿੱਚ ਹਾਰਮੋਨਸ ਨੇ ਵੀ ਅਲਾਰਮ ਲਗਾ ਲਏ ਕਿ ਹਾਂ ਹੁਣ ਇਹ ਤੇਰਾ ਟਾਈਮ ਸੌਣ ਦਾ ਹੋ ਗਿਆ। ਹੁਣ ਜਿਹੜੇ ਬੰਦੇ ਨੇ 2 ਵਜੇ ਰਾਤੀ ਸੌਣਾ ਹੈ ਉਹਨੂੰ ਉਹਦੇ ਹਾਰਮੋਨਸ ਹੀ ਇੰਬੈਲੈਂਸ ਹੋਏ ਪਏ, ਉਹ ਮੈਲਾਟੋਨਿਨ ਵੀ ਵਿਚਾਰਾ ਕਨਫਿਊਜ਼ ਹੋ ਗਿਆ ਕਿ ਮੈਨੂੰ 9 ਵਜੇ ਅਲਾਰਮ ਦੇਵਾਂ ਕਿ 10 ਵਜੇ ਦੇਵਾਂ ਕਿ 12 ਵਜੇ ਸੋਏਗੀ, 2 ਵਜੇ ਕੰਮ ਤੋਂ ਆਏਗੀ, ਆ ਕੇ ਖਾਂਦੇ ਪੀਂਦੇ ਫਿਰ ਫੋਨ 'ਤੇ ਲੱਗ ਜਾਏਗੀ, 3 ਵਜੇ ਇਹਨੂੰ ਅਲਾਰਮ ਦੇਵਾਂ। ਉਹ ਹਾਰਮੋਨਸ, ਇਹਨੂੰ ਹੀ ਅਸੀਂ ਕਹਿੰਦੇ ਹਾਂ ਹਾਰਮੋਨਸ ਦਾ ਇੰਬੈਲੈਂਸ ਹੋਣਾ। ਹੁਣ ਮੇਰੇ ਹਾਰਮੋਨਸ ਬੈਲੈਂਸ ਹੈ, ਉਹਨਾਂ ਨੂੰ ਪਤਾ ਵੀ ਇਹਨੂੰ 9:30 ਸਵਾ ਦੇਣਾ, 9:30 ਉਠਾ ਲੈਣਾ। ਕਈ ਵਾਰੀ ਮੇਰੀ 2:40 'ਤੇ ਅੱਖ ਖੁੱਲ ਜਾਂਦੀ, ਕਈ ਵਾਰੀ ਮੇਰੀ 3 ਵਜੇ ਖੁੱਲ ਜਾਂਦੀ, 3:30 ਮੈਂ ਕਹਿੰਦੀ ਚੱਲ ਮਣਾ ਟਾਈਮ ਹੋ ਗਿਆ, ਰੱਬ ਦਾ ਨਾਂ ਲਈਏ ਉੱਠ ਕੇ, ਜਿਹਦੇ ਕੋਲ ਜਾਣਾ ਜਿਹਦੇ ਦਰ 'ਤੇ ਜਾਣਾ ਉਹਦਾ ਨਾਮ ਲਈਏ, ਕਿਹੜੀਆਂ ਦੁਨੀਆਦਾਰੀ 'ਚ ਫਸੇ ਹੋਏ ਆ। ਨੀਂਦ ਇੱਕ ਐਸੀ ਪ੍ਰੋਬਲਮ ਹੈ, ਇੱਕ ਐਸੀ ਆਲਸ ਹੈ ਜਿਹੜਾ ਸਾਨੂੰ ਕਦੇ ਕੁਛ ਨਹੀਂ ਕਰਨ ਦਿੰਦਾ। ਕਹਿੰਦੇ ਜਿਨ੍ਹਾਂ ਦੇ ਸੁਪਨੇ ਬੜੇ ਵੱਡੇ ਹੁੰਦੇ ਉਹ ਤੇ ਸੌਂਦੇ ਹੀ ਨਹੀਂ ਗੇ। ਇੱਕ ਐਗਜ਼ਾਮਪਲ, ਇੱਕ ਮੈਸੇਜ ਹੁੰਦਾ ਨਾ, ਸੁਪਨੇ ਉਹ ਹੁੰਦੇ ਜਿਹੜੇ ਸਾਨੂੰ ਸੌਣ ਨਹੀਂ ਦਿੰਦੇ, ਅਤੇ ਜੇ ਅਸੀਂ ਸੁੱਤੇ ਹੋਏ ਹਾਂ, ਸੋਈ ਜਾ ਰਿਹਾ 8 ਵਜੇ ਉੱਠ ਰਹੇ ਹਾਂ, 9 ਵਜੇ ਉੱਠ ਰਹੇ ਹਾਂ, ਤਾਂ ਮੈਨੂੰ ਦੱਸੋ ਅਸੀਂ ਕਿੱਦਾਂ ਇੱਕ ਫਿੱਟ ਬਾਡੀ ਬਣਾ ਲਾਂਗੇ। ਜਦੋਂ ਸਾਡੇ ਅੰਦਰ ਸਰੀਰ 'ਚ ਜਾਨ ਨਹੀਂ ਹੈਗੀ, ਸਾਡੀ ਨੀਂਦ ਪ੍ਰੋਪਰ ਨਹੀਂ ਹੈ, ਸਾਡੀ ਡਾਇਟ ਪ੍ਰੋਪਰ ਨਹੀਂ ਹੈ, ਮੈਂ ਕਹਿੰਦੀ ਹਾਂ ਵਰਲਡ ਦੇ ਜਿੰਨੇ ਵੱਡੇ ਲੋਕ ਹੈ ਉਹ ਆਪਣੀ ਨੀਂਦ ਦਾ ਬੜਾ ਧਿਆਨ ਰੱਖਦੇ ਆ, ਆਪਣੀ ਡਾਇਟ ਦਾ ਬੜਾ ਧਿਆਨ ਰੱਖਦੇ ਅਤੇ ਆਪਣੀ ਐਕਸਰਸਾਈਜ਼ ਦਾ ਬੜਾ ਧਿਆਨ ਰੱਖਦੇ ਆ। ਜੇ ਤੁਹਾਨੂੰ ਫਿਰ ਵੀ ਨੀਂਦ ਨਹੀਂ ਆਉਂਦੀ, ਸਵੇਰੇ ਸ਼ਾਮ ਐਕਸਰਸਾਈਜ਼ ਕਰਨੀ ਸ਼ੁਰੂ ਕਰੋ। ਜਦੋਂ ਤੁਸੀਂ ਐਕਸਰਸਾਈਜ਼ ਕਰੋਗੇ ਤੁਹਾਡਾ ਮਾਇੰਡ ਥੱਕ ਜਾਏਗਾ, ਤੁਹਾਡਾ ਸਰੀਰ ਥੱਕ ਜਾਏਗਾ। ਜੇ ਤੁਸੀਂ ਬੈੱਡ 'ਤੇ ਜਾ ਕੇ ਲੇਟੋਗੇ ਤੁਹਾਨੂੰ ਆਟੋਮੈਟਿਕਲੀ ਨੀਂਦ ਆਉਣੀ ਸ਼ੁਰੂ ਹੋ ਜਾਏਗੀ। ਜੇ ਸਾਰਾ ਦਿਨ ਤੁਸੀਂ ਕੋਈ ਤੁਹਾਡਾ ਵਰਕਆਊਟ ਹੀ ਨਹੀਂ ਹੈ, ਰੋਟੀ ਬਣਾ ਲਈ, ਖਵਾ ਲਿਆ, ਰਸੋਈ 'ਚ ਚਲੇ ਗਏ, ਇੱਧਰ ਚਲੇ ਗਏ, ਉਹ ਵਰਕਆਊਟ ਨਹੀਂ ਹੁੰਦਾ। ਜੇ ਆਪਾਂ ਕਹੀਏ ਆਪਾਂ ਸਾਰਾ ਦਿਨ ਘਰਾਂ ਦੇ ਕੰਮ ਕਰਦੀਆਂ ਰਹਿੰਦੀਆਂ, ਅਸੀਂ 200 ਫੁਲਕੇ ਲਾ ਦਿੰਦੇ ਹਾਂ, ਅਸੀਂ 500 ਫੁਲਕਾ ਦੀਦੀ ਦਿਨ ਦਾ ਲਾ ਦਿੰਦੇ ਹਾਂ, ਅਸੀਂ ਆਹ ਕਰਦੇ ਹਾਂ, ਪਸ਼ੂਆਂ ਨੂੰ ਆਹ ਕਰਦੇ, ਉਹ ਕਰਦੇ, ਨੋ ਦੈਟ ਇਜ਼ ਨੋਟ ਵਰਕਆਊਟ। ਉਹ ਤਾਂ ਘਰ ਦੇ ਕੰਮਾਂ ਕਾਜਾਂ 'ਚ ਟਾਈਮ ਆਉਂਦਾ। ਹੁਣ ਜੇ ਮੈਂ ਆਪਣੇ ਮੰਮਾ ਦੀ ਗੱਲ ਕਰਾਂ, ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੱਗੇ ਹੀ ਰਹਿੰਦੇ, ਆਹ ਕੰਮ ਕਰ ਲਿਆ, ਉਹ ਕੰਮ ਕਰ ਲਿਆ, ਪਰ ਵਰਕਆਊਟ। ਅਤੇ ਮੈਂ ਉਹਨਾਂ ਨੂੰ ਕਹਿੰਦੀ ਸਵੇਰੇ ਸ਼ਾਮੀ ਸੈਰ ਕਰੋ, ਤੁਸੀਂ ਆਹ ਖਾਣਾ ਆਹ ਖਾਣਾ, ਅਤੇ ਉਹ ਸਵੇਰੇ ਸ਼ਾਮੀ ਜਦੋਂ ਟਾਈਮ, ਕਹਿੰਦੇ ਮੇਰੇ ਕੋਲ ਟਾਈਮ ਹੀ ਕਿੱਥੇ ਸੈਰ ਕਰਨ ਦਾ, ਮੇਰੇ ਕੋਲ ਟਾਈਮ ਹੀ ਨਹੀਂ ਮਿਲਦਾ। ਹਾਲਾਂਕਿ ਘਰ 'ਚ ਸਾਡੇ 3-3 ਮੇਡ ਹੈ ਚੰਡੀਗੜ੍ਹ, ਫਿਰ ਵੀ ਉਹਨਾਂ ਕੋਲ ਟਾਈਮ ਨਹੀਂ ਹੈ, ਕਿਉਂਕਿ ਉਹਨਾਂ ਨੇ ਰਸੋਈ ਵਿੱਚੋਂ ਹੀ ਨਹੀਂ ਬਾਹਰ ਨਿਕਲਣਾ। ਇਹ ਬਹੁਤ ਸਾਰੀਆਂ ਮਾਵਾਂ ਦੀ ਪ੍ਰੋਬਲਮ ਹੈ, ਇਕੱਲੀ ਮੇਰੀ ਮਾਂ ਦੀ ਨਹੀਂ, ਦੁਨੀਆਂ ਦੀ ਜਿੰਨੀਆਂ ਮਾਵਾਂ ਹੈ ਇਹ ਰਸੋਈ 'ਚੋਂ ਹੀ ਨਹੀਂ ਨਿਕਲਦੀਆਂ। ਇਹਨਾਂ ਨੂੰ ਲੱਗਦਾ ਵੀ ਜਿਵੇਂ ਅਸੀਂ ਰਸੋਈ 'ਚ ਬੈਠੇ ਹੋਏ ਹਾਂ, ਰਸੋਈ 'ਚ ਅਸੀਂ ਕਿਚਨ 'ਚ ਕੰਮ ਕਰ ਰਹੇ ਹਾਂ, ਇਹ ਸਾਡਾ ਵਰਕਆਊਟ ਹੈ। ਮਾੜੀ ਮੋਟੀ ਘਰ ਦੇ ਕੰਮ ਕਰ ਲਏ, ਖੜੇ ਖੜੇ ਕੱਪੜੇ ਧੋ ਲਏ, ਇਹ ਕਰ ਲਿਆ, ਉਹ ਕਰ ਲਿਆ, ਮਤਲਬ ਸਾਰਾ ਕੁਛ ਘਰ ਵਿੱਚ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਇਹ ਕੰਮ ਕਰਨੇ ਆ, ਜਿਸ ਚੀਜ਼ ਦੀ ਇਹਨਾਂ ਨੂੰ ਲੋੜ ਹੈ, ਜ਼ਰੂਰਤ ਹੈ, ਇਹਨਾਂ ਨੇ ਉਹ ਕੰਮ ਨਹੀਂ ਕਰਨੇ। ਫਿਰ ਦੱਸੋ ਮਾਵਾਂ ਕਿੱਦਾਂ ਠੀਕ ਹੋਣਗੀਆਂ, ਸਾਡੀਆਂ ਫਿੱਟ ਹੋਣਗੀਆਂ। ਇਹੀ ਮੈਂ ਜਿੰਨੀਆਂ ਆਪਣੀ ਮਦਰ ਦੀ ਏਜ ਦੀਆਂ ਲੇਡੀਜ਼ ਨੂੰ ਡਾਇਟ ਦਿੱਤੀ ਹੈ, ਮੇਰੀਆਂ ਮਾਵਾਂ ਨੂੰ, ਸਾਰੀਆਂ ਹੀ ਫਿੱਟ ਹੋ ਗਈਆਂ। ਕੋਈ ਬਟਾਲੇ ਤੋਂ, ਕੋਈ ਗੁਰਦਾਸਪੁਰ ਤੋਂ, ਕੋਈ ਲੁਧਿਆਣੇ ਤੋਂ, ਕੋਈ ਪਟਿਆਲੇ ਤੋਂ, ਕੋਈ ਅਮੈਰੀਕਾ ਤੋਂ, ਕੋਈ ਕੈਨੇਡਾ ਤੋਂ, ਜਿੰਨੀਆਂ ਮਾਵਾਂ ਨੇ ਮੇਰੀ ਡਾਇਟ ਫੋਲੋ ਕੀਤੀ ਹੈ, ਉਹਨਾਂ ਦਾ ਮੈਂ ਸ਼ਡਿਊਲ ਚੇਂਜ ਕੀਤਾ, ਉਹਨਾਂ ਦੇ ਮੈਂ ਟਾਈਮ ਟੇਬਲ ਚੇਂਜ ਕੀਤੇ, ਉਹਨਾਂ ਦਾ ਮੈਂ ਸਭ ਕੁਛ ਚੇਂਜ ਕੀਤਾ, ਸਾਰੀਆਂ ਫਿੱਟ ਹੋ ਗਈਆਂ। ਈਵਨ ਕਿ ਮੇਰੇ ਕੋਲ 70-72 ਏਜ ਤੱਕ ਦੀਆਂ ਵੀ ਮਾਵਾਂ ਜਿਨ੍ਹਾਂ ਨੇ ਆਪਣਾ ਸਾਰਾ ਕੁਛ ਚੇਂਜ ਕੀਤਾ ਡਾਇਟ, ਉਹਨਾਂ ਨੇ ਮੈਂ ਕਿਹਾ ਤੁਸੀਂ ਸਵੇਰੇ 9 ਵਜੇ ਉੱਠਣਾ, ਵਾਕ ਕਰਨੀ, ਇਹ ਕਰਨਾ, ਬਹੁਤ ਤੁਸੀਂ ਘਰਾਂ ਦੇ ਕੰਮ ਕਰ ਲਏ, ਹੁਣ ਇਹ ਵਕਤ ਹੈ ਤੁਸੀਂ ਆਪਣਾ ਧਿਆਨ ਰੱਖੋ। ਬੱਚੇ ਪਲ ਗਏ, ਵੱਡੇ ਹੋ ਗਏ, ਬੱਚੇ ਸੈੱਟ ਹੋ ਗਏ, ਤੁਸੀਂ ਆਪਣਾ ਧਿਆਨ ਕਦੋਂ ਰੱਖਣਾ? ਹਾਏ ਹਾਏ ਕਰਦੇ ਸੀ ਜਦੋਂ ਮੇਰੇ ਕੋਲ ਆਏ ਸੀ, ਗੋਡਿਆਂ 'ਚ ਪੇਨ ਸੀ, ਬੈਕ ਵਿੱਚ ਉਹਨਾਂ ਦੇ ਪੇਨ ਹੁੰਦੀ ਸੀਗੀ, ਉਹ ਕਹਿੰਦੇ ਗੁਰਲੀਨ ਤੂੰ ਤਾਂ ਸਾਨੂੰ ਫਿਰ ਜਵਾਨ ਕਰਤਾ, ਸਾਨੂੰ 20 ਸਾਲ ਪਿੱਛੇ ਲੈ ਗਏ। ਮਤਲਬ ਤੁਸੀਂ ਮੰਨੋਗੇ, ਇੰਨੀਆਂ ਅੱਛੀਆਂ ਮੈਨੂੰ ਉਹ ਬਲੈਸਿੰਗਸ ਦਿੰਦੇ ਆ ਕਿ ਗੁਰਲੀਨ ਤੈਨੂੰ ਇਹ ਹੋਵੇ, ਤੈਨੂੰ ਇਹ ਹੋਵੇ, ਤੈਨੂੰ ਵਧੀਆ ਜਿਹਾ ਸੋਹਣਾ ਜਿਹਾ ਮੁੰਡਾ ਮਿਲੇ, ਤੇਰੇ ਨਾਲ ਆ ਹੋਵੇ, ਤੂੰ ਤਾਂ ਪੁੱਤ ਸਾਨੂੰ ਫਿਰ ਆਪਣੀਆਂ ਮਾਵਾਂ ਨੂੰ ਜਵਾਨ ਕਰਦਾ ਹੈ। ਤੇ ਜਦੋਂ ਕੋਈ ਚੀਜ਼ ਅਸੀਂ ਫੋਲੋ ਹੀ ਨਹੀਂ ਕਰਾਂਗੇ, ਮਾਵਾਂ ਤੇ ਹੀ ਸੀਗੀਆਂ ਨਾ, ਸਿਰਫ ਉਹਨਾਂ ਦਾ ਮੈਂ ਵਰਕਆਊਟ ਚੇਂਜ ਕੀਤਾ ਵੀ ਸਵੇਰੇ ਵਰਕਆਊਟ ਕਰਨਾ, ਸ਼ਾਮੀ ਵਰਕਆਊਟ ਕਰਨਾ, ਦੋ ਦੋ ਘੰਟਿਆਂ ਬਾਅਦ ਤੁਸੀਂ ਆਹ ਚੀਜ਼ਾਂ ਖਾਣੀਆਂ, ਜਦੋਂ ਉਹਨਾਂ ਨੇ ਫੋਲੋ ਕੀਤੀਆਂ ਉਹ ਬਿਲਕੁਲ ਠੀਕ ਹੋ ਗਈਆਂ।
ਐਵੇਂ ਸੇਮ ਤੁਸੀਂ ਵੀ ਅਗਰ ਇਹ ਸਾਰੀਆਂ ਚੀਜ਼ਾਂ ਇੰਨੀ ਸੋਹਣੀ ਨੀਂਦ ਆਉਂਦੀ ਪਹਿਲਾਂ ਉਹਨਾਂ ਨੂੰ ਸਟ੍ਰੈਸ ਕਰਕੇ ਬੱਚਿਆਂ ਦੇ ਡਿਪਰੈਸ਼ਨ ਕਰਕੇ ਉਹਨਾਂ ਨੂੰ ਨੀਂਦ ਨਹੀਂ ਸੀ ਆਉਂਦੀ ਬੜੇ ਪਰੇਸ਼ਾਨ ਰਹਿੰਦੇ ਸੀ ਨੀਂਦ ਦੀਆਂ ਗੋਲੀਆਂ ਖਾਂਦੇ ਸੀਗੇ ਨੀਂਦ ਦੀ ਗੋਲੀ ਸਾਡੇ ਸਿੱਧਾ ਹਾਰਟ 'ਤੇ ਅਸਰ ਕਰਦੀ ਹੈ ਉਸ ਰਾਤ ਸਾਨੂੰ ਨੀਂਦ ਜ਼ਰੂਰ ਆ ਜਾਏਗੀ ਬਟ ਸਾਨੂੰ ਕਿਵੇਂ ਇਹ ਗੋਲੀ ਅੰਦਰੋਂ ਡੈਮੇਜ ਕਰਦੀ ਤੁਸੀਂ ਸੋਚ ਵੀ ਨਹੀਂ ਸਕਦੇ ਜ਼ਿੰਦਗੀ ਦੇ ਵਿੱਚ ਸੋ ਸਭ ਤੋਂ ਪਹਿਲਾਂ ਤੁਸੀਂ ਆਹ ਚੀਜ਼ ਕਰਨੀ ਹੈ ਨੱਕ ਵਿੱਚ ਤੁਸੀਂ ਬਦਾਮ ਰੋਗਨ ਦਾ ਤੇਲ ਪਾਉਣਾ ਬਿਲਕੁਲ ਰਿਲੈਕਸ ਹੋ ਜਾਣਾ ਆਹ ਜਿਹੜੇ ਯੋਗਾ ਆਸਨਸ ਮੈਂ ਤੁਹਾਨੂੰ ਦੱਸੇ ਤੁਸੀਂ ਇਹਨਾਂ ਨੂੰ ਕਰਨਾ ਔਰ ਇੱਕ ਤੁਸੀਂ ਗੋਲਡਨ ਡਰਿੰਕ ਬਣਾਉਣਾ ਰਾਤੀ ਸੌਣ ਤੋਂ ਪਹਿਲਾਂ ਜਿਨ੍ਹਾਂ ਨੂੰ ਵੀ ਰਾਤ ਦੀ ਨੀਂਦ ਬਿਲਕੁਲ ਨਹੀਂ ਆਉਂਦੀ ਬਹੁਤ ਬੁਰੀ ਨੀਂਦ ਆਉਂਦੀ ਹੈ ਸਟ੍ਰੈਸ ਰਹਿੰਦਾ ਹੈ ਮੈਲਾਟੋਨਿਨ ਹਾਰਮੋਨ ਤੁਹਾਡਾ ਵਰਕ ਨਹੀਂ ਕਰ ਪਾ ਰਿਹਾ ਪ੍ਰੋਪਰਲੀ ਤੁਹਾਨੂੰ ਰਿਲੈਕਸ ਨਹੀਂ ਕਰਦਾ ਪਿਆ ਤੁਸੀਂ ਉਹਨੂੰ ਐਕਟਿਵ ਕਰਨਾ ਹੈ ਤੁਸੀਂ ਰੈਗੂਲਰ ਐਕਸਰਸਾਈਜ਼ ਕਰਨੀ ਹੈ ਆਪਣੀ ਡਾਇਟ ਵਿੱਚ ਅੱਛੀਆਂ ਚੀਜ਼ਾਂ ਹਰੀਆਂ ਪੱਤੇਦਾਰ ਚੀਜ਼ਾਂ ਖਾਣੀਆਂ ਫਰੂਟਸ ਖਾਣੇ ਆ ਚੈਰੀ ਕੀਵੀ ਆਲਮੰਡਸ ਖਾਣੇ ਹੀ ਖਾਣੇ ਆ ਆਲਮੰਡਸ ਨੂੰ ਤੁਸੀਂ ਭਿਓ ਕੇ ਲੈਣਾ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਐਡ ਕਰ ਸਕਦੇ ਹੋ ਇੱਕ ਗੋਲਡਨ ਡਰਿੰਕ ਬਣਾਉਣਾ ਤੁਸੀਂ ਅੱਧਾ ਕੱਪ ਜਾਂ ਇੱਕ ਕੱਪ ਤੁਸੀਂ ਮਿਲਕ ਲੈਣਾ ਰਾਤ ਨੂੰ ਸੌਣ ਤੋਂ ਪਹਿਲਾਂ ਉਹਦੇ ਵਿੱਚ ਤੁਸੀਂ ਅੱਧੀ ਚਮਚ ਹਲਦੀ ਪਾਣੀ ਹੈ ਥੋੜ੍ਹਾ ਜਿਹਾ ਕੇਸਰ ਪਾਉਣਾ ਅਤੇ ਥੋੜ੍ਹੀ ਜਿਹੀ ਇਲਾਇਚੀ ਪਾਊਡਰ ਇਸ ਡਰਿੰਕ ਨੂੰ ਤੁਸੀਂ ਅੱਜ ਰਾਤ ਤੋਂ ਲੈਣਾ ਸ਼ੁਰੂ ਕਰੋ ਨੋ ਸ਼ੂਗਰ ਨੋ ਸ਼ੱਕਰ ਨਥਿੰਗ ਕੋਈ ਵੀ ਚੀਜ਼ ਤੁਸੀਂ ਰਾਤ ਨੂੰ ਦੁੱਧ ਵਿੱਚ ਨਹੀਂ ਪਾਣੀ ਇੱਕ ਕੱਪ ਦੁੱਧ ਵਿੱਚ ਥੋੜ੍ਹੀ ਜਿਹੀ ਹਲਦੀ ਥੋੜ੍ਹਾ ਜਿਹਾ ਸਿਨੇਮਨ ਪਾਊਡਰ ਥੋੜ੍ਹੀ ਜਿਹੀ ਇਲਾਇਚੀ ਇੱਕ ਜਾਂ ਦੋ ਤੁਸੀਂ ਇਲਾਇਚੀਆਂ ਪਾ ਸਕਦੇ ਹੋ ਤੋੜ ਕੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਕਾੜਨਾ ਅਤੇ ਕਾੜ ਕੇ ਬਹੁਤ ਹੀ ਚੰਗੀ ਤਰ੍ਹਾਂ ਵੀ ਨਹੀਂ ਕਾੜਨਾ ਔਰ ਤੁਸੀਂ ਇਹਨੂੰ ਪੀਣਾ ਜਦੋਂ ਤੁਸੀਂ ਇਹਨੂੰ ਪੀਓਗੇ ਔਰ ਦੇਖੋਗੇ ਤੁਹਾਡੇ ਮਸਲਸ ਕਿੱਦਾਂ ਰਿਲੈਕਸ ਹੋ ਗਿਆ ਦੁੱਧ ਵਿੱਚ ਸਾਨੂੰ ਰਿਲੈਕਸ ਕਰਨ ਵਾਲੀਆਂ ਚੀਜ਼ਾਂ ਹੁੰਦੀਆਂ ਜਦੋਂ ਅਸੀਂ ਰਾਤੀ ਦੁੱਧ ਪੀਂਦੇ ਹਾਂ ਤੁਸੀਂ ਦੇਖਿਓ ਕਿ ਦੁੱਧ ਪੀ ਕੇ ਸੌਣ ਦੇ ਨਾਲ ਹਲਦੀ ਉਹਦੇ 'ਚ ਪਾਉਣ ਨਾਲ ਕੇਸਰ ਥੋੜ੍ਹਾ ਜਿਹਾ ਉਹਦੇ ਵਿੱਚ ਪਾਉਣ ਨਾਲ ਇਲਾਇਚੀ ਉਹਦੇ ਵਿੱਚ ਪਾਉਣ ਨਾਲ ਇਸ ਜਿਹੜੇ ਸਾਡੇ ਹਾਰਮੋਨਸ ਐਕਟੀਵੇਟ ਕਰਦੇ ਸਾਨੂੰ ਇੰਨੀ ਕੁ ਸੋਹਣੀ ਨੀਂਦ ਆਉਂਦੀ ਹੈ ਕਿ ਤੁਸੀਂ ਆਪ ਕਹੋਗੇ ਕਿ ਵਾਓ ਦੀਦੀ ਤੁਸੀਂ ਸਾਨੂੰ ਕੀ ਡਰਿੰਕ ਦੱਸਿਓ ਔਰ ਇਸ ਵੀਡੀਓ ਦੇ ਨੀਚੇ ਮੈਨੂੰ ਜ਼ਰੂਰ ਦੱਸਿਓ ਹੁਣ ਤੁਹਾਨੂੰ ਨੀਂਦ ਕਿੱਦਾਂ ਦੀ ਆਉਂਦੀ ਹੈ ਸੋ ਪਲੀਜ਼ ਨੀਂਦ ਰਿਲੇਟਿਡ ਜਿੰਨਾ ਵੀ ਮੇਰੀਆਂ ਭੈਣਾਂ ਨੂੰ ਨੀਂਦ ਨਹੀਂ ਆਉਂਦੀ ਮੈਨੂੰ ਕੋਈ ਵੀ ਸਵਾਲ ਪੁੱਛ ਸਕਦੇ ਹੋ ਜਲਦੀ ਸੋ ਮੈਂ ਤੁਹਾਡੇ ਸਾਰਿਆਂ ਦੇ ਆਨਸਰ ਦੇਵਾਂ ਔਰ ਉਸ ਤੋਂ ਬਾਅਦ ਫਿਰ ਮੇਰੀ ਕੌਂਸਲਿੰਗ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਜੀ ਟੁੱਟ ਜਾਂਦੀ ਹੈ ਉਸ ਤੋਂ ਬਾਅਦ ਮਾਇੰਡ ਨਹੀਂ ਹਾਂਜੀ ਕਿਉਂਕਿ ਤੁਹਾਡੇ ਦਿਮਾਗ 'ਤੇ ਪਿੰਕੀ ਮਿੱਡਾ ਜੀ ਕਿਉਂਕਿ ਤੁਹਾਡੇ ਦਿਮਾਗ 'ਤੇ ਕੋਈ ਨਾ ਕੋਈ ਰਾਤੀ ਗੱਲ ਸੋਚਦੇ ਰਹਿੰਦੇ ਹੋ ਤੁਸੀਂ ਸੁੱਤੇ ਪਏ ਵੀ ਬਹੁਤ ਕੁਝ ਸੋਚਦੇ ਹੋ ਜੋ ਤੁਸੀਂ ਨਹੀਂ ਸੋਚਣਾ ਜਦੋਂ ਆਪਾਂ ਸੋਚਾਂਗੇ ਤਾਂ ਸਾਨੂੰ ਨੀਂਦ ਨਹੀਂ ਆਏਗੀ ਗੁਰਬਾਣੀ 'ਚ ਵੀ ਲਿਖਿਆ ਸੋਚੇ ਸੋਚਣਾ ਹੋਏ ਜੇ ਸੋਚੇ ਲਖਵਾਰ ਰਾਤੀ ਸੌਣ ਤੋਂ ਪਹਿਲਾਂ ਕੀਰਤਨ ਸੁਹੇਲਾ ਦਾ ਪਾਠ ਵੀ ਤੁਸੀਂ ਕਰਕੇ ਸੋਚ ਸਕਦੇ ਹੋ ਬਹੁਤ ਅੱਛੀ ਨੀਂਦ ਆਏਗੀ ਪਾਣੀ ਵਾਲੀ ਰਸੌਲੀਆਂ ਡੀਅਰ ਚੇਂਜ ਯੋਰ ਲਾਈਫ ਸਟਾਈਲ ਚੇਂਜ ਯੋਰ ਡਾਇਟ ਦੀਦੀ ਆਪਣੇ ਆਉਂਦੇ ਸਰਵਾਈਕਲ ਦੀ ਨੀਂਦ ਵਿੱਚ ਪ੍ਰੋਬਲਮ ਹਾਂਜੀ ਸਰਵਾਈਕਲ ਨਹੀਂ ਹੁੰਦਾ ਡੀਅਰ ਇਹ ਸਟ੍ਰੈਸ ਹੁੰਦਾ ਤੁਹਾਨੂੰ ਪਤਾ ਮੇਰੇ ਕੋਲ ਬਹੁਤ ਸਾਰੇ ਕੇਸਿਸ ਇੱਦਾਂ ਹੈ ਜਿਹੜੇ ਮੈਨੂੰ ਕਹਿੰਦੇ ਸਾਨੂੰ ਬੈਕ ਦੀ ਪ੍ਰੋਬਲਮ ਹੈ ਅਪਰ ਬੈਕ ਦੁਖਦੀ ਹੈ ਲੋਅਰ ਬੈਕ ਦੁਖਦੀ ਹੈ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਤਾਂ ਮੈਨੂੰ ਪਤਾ ਚੱਲਿਆ ਉਹਨਾਂ ਨੂੰ ਤਾਂ ਸਟ੍ਰੈਸ ਉਹਨਾਂ ਨੂੰ ਤਾਂ ਸਟ੍ਰੈਸ ਕਰਕੇ ਨੀਂਦ ਨਹੀਂ ਆਉਂਦੀ ਇਸ ਕਰਕੇ ਉਹਨਾਂ ਨੇ ਦਰਦਾਂ ਹੁੰਦੀਆਂ ਉਹਨਾਂ ਨੇ ਇੰਨੀਆਂ ਦਵਾਈਆਂ ਖਾਧੀਆਂ ਸੀਗੀਆਂ ਇੰਨੀਆਂ ਦਵਾਈਆਂ ਉਹਨਾਂ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਡਾਕਟਰਾਂ ਨੇ ਸਰਜਰੀ ਤੱਕ ਕਹਿਤੀ ਸੀਗੀ ਜਿੱਦਾਂ ਹੀ ਉਹਨਾਂ ਨੇ ਡਾਇਟ ਸ਼ੁਰੂ ਕੀਤੀ ਇੰਨਾ ਰਿਲੈਕਸ ਹੋ ਗਏ ਇੰਨੀ ਵਧੀਆ ਤਰੀਕੇ ਨਾਲ ਸੌਂਦੇ ਆ 6 ਤੋਂ 7 ਘੰਟੇ ਸੌਂਦੇ ਹੋ ਕਹਿੰਦੇ ਗੁਲੀ ਨੂੰ ਤਾਂ ਸਾਨੂੰ ਨੀਂਦ ਹੀ ਬੜੀ ਆਉਂਦੀ ਹੈ ਅਸੀਂ ਕੋਈ ਦਵਾਈ ਵੀ ਨਹੀਂ ਖਾਂਦੇ ਹਾਂ ਜਿੱਥੇ ਸਾਨੂੰ ਡਾਕਟਰਾਂ ਨੇ ਸਰਜਰੀ ਤੱਕ ਕਹੀ ਸੀਗੀ ਤੂੰ ਤਾਂ ਸਾਨੂੰ ਇਹ ਸਿੰਪਲ ਘਰ ਦੀ ਦਾਲ ਰੋਟੀ ਨਾਲ ਹੀ ਠੀਕ ਕਰ ਦਿੱਤਾ ਫਿਰ ਨਹੀਂ ਸਿਰਫ ਸਲੀਪ ਬਾਰੇ ਨੋ ਪੀਰੀਅਡਸ ਨੋ ਫੇਸ ਜਾਗੋ ਇਸ ਵਾਰੀ ਜਾਗ ਆ ਜਾਂਦੀ ਫਿਰ ਨੀਂਦ ਨਹੀਂ ਆਉਂਦੀ ਮੇਰਾ ਵੇਟ ਨੋ ਵੇਟ ਓਵਰ ਥਿੰਕਿੰਗ ਨੂੰ ਕਿਵੇਂ ਓਵਰ ਥਿੰਕਿੰਗ ਨੂੰ ਸੌਣ ਤੋਂ ਪਹਿਲਾਂ ਅਸੀਂ ਆਪਣੇ ਮਾਇੰਡ ਨੂੰ ਕਮਾਂਡ ਦੇਣੀ ਹੈ ਕਿ ਸਟੋਪ ਜਦੋਂ ਵੀ ਬੈੱਡ 'ਤੇ ਜਾਣਾ ਅਸੀਂ ਰਿਵਾਈਜ਼ ਕਰਨਾ ਕਿ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡਾ ਦਿਨ ਕਿੱਦਾਂ ਦਾ ਸੀਗਾ ਜਦੋਂ ਮੈਂ ਸਵੇਰੇ ਉੱਠੀ ਮੈਂ ਆਹ ਕੰਮ ਕੀਤਾ ਮੈਂ ਇਹਦਾ ਚੰਗਾ ਕੀਤਾ ਮੈਂ ਇਹਦਾ ਮਾੜਾ ਕੀਤਾ ਤਾਂ ਮੈਂ ਕਿਉਂ ਕੀਤਾ ਉਹਦੇ ਤੋਂ ਮਾਫ਼ੀ ਮੰਗ ਰਹੀ ਹਾਂ ਉਹਨੂੰ ਕਹਿਣਾ ਮੈਨੂੰ ਮਾਫ਼ ਕਰ ਦੇ ਮੇਰੇ ਤੋਂ ਅਣਜਾਣੇ ਵਿੱਚ ਹੋਇਆ ਮੇਰੀ ਆਤਮਾ ਨੂੰ ਮਾਫ਼ ਕਰ ਉਸ ਆਤਮਾ ਤੋਂ ਮਾਫ਼ੀ ਮੰਗ ਕੇ ਤੁਸੀਂ ਸੋਣਾ ਔਰ ਤੁਸੀਂ ਦੇਖਿਓ ਬਹੁਤ ਸੋਹਣੀ ਨੀਂਦ ਆਊਗੀ ਔਰ ਤੁਸੀਂ ਪ੍ਰਣ ਕਰਨਾ ਡਿਸੀਜ਼ਨ ਲੈਣਾ ਕਿ ਕੱਲ੍ਹ ਤੋਂ ਮੈਂ ਜਦੋਂ ਉੱਠਾਂਗੀ ਮੈਂ ਕਿਸੇ ਦਾ ਦਿਲ ਨਹੀਂ ਦੁਖਾਵਾਂਗੀ ਕਿਸੇ ਨੂੰ ਝੂਠ ਨਹੀਂ ਬੋਲਾਂਗੀ ਚੀਟ ਨਹੀਂ ਕਰਾਂਗੀ ਜਦੋਂ ਅਸੀਂ ਕਿਸੇ ਦੇ ਨਾਲ ਸਾਰੇ ਦਿਨ 'ਚ ਕੋਈ ਕੰਮ ਗਲਤ ਕਰਦੇ ਹਾਂ
ਉਹ ਵੀ ਇੱਕ ਟੈਨਸ਼ਨ ਕਰਕੇ ਸਾਨੂੰ ਨੀਂਦ ਨਹੀਂ ਆਉਂਦੀ। ਨੀਂਦ ਨਹੀਂ ਆਏਗੀ ਤੇ ਤੁਹਾਡੇ ਸਾਰਿਆਂ ਦੇ ਵਾਲ ਉੱਡਣੇ ਸ਼ੁਰੂ ਹੋ ਜਾਣਗੇ, ਸਕਿਨ ਝੁਰਨੇ ਸ਼ੁਰੂ ਹੋ ਜਾਏਗੀ, ਪਿਗਮੈਂਟੇਸ਼ਨ ਹੋ ਜਾਏਗੀ, ਨਿਸ਼ਾਨ ਪੈਣੇ ਸ਼ੁਰੂ ਹੋ ਜਾਣਗੇ। ਮੈਂ ਫਿਰ ਤੁਹਾਨੂੰ ਦੱਸ ਰਹੀ ਹਾਂ, ਦੇਖੋ ਮੈਂ ਫੇਸ ਤੇ ਕੁਛ ਵੀ ਨਹੀਂ ਲਗਾਇਆ ਹੋਇਆ, ਤੁਹਾਡੇ ਸਾਹਮਣੇ ਬੈਠੀ ਹੋਈ ਹਾਂ। ਕੋਈ ਵੀ ਦਿਲ ਤੇ ਬੋਝ ਲੈ ਕੇ ਨਹੀਂ ਅਸੀਂ ਸੋਣਾ, ਟੈਨਸ਼ਨ ਲੈ ਕੇ ਨਹੀਂ ਸੋਣਾ। ਕਿਸੇ ਦਾ ਮਾੜਾ ਕੀਤਾ ਤੇ ਉਹਨੂੰ ਮੈਸੇਜ ਕਰੋ ਕਿ ਆਮ ਸੌਰੀ, ਪਤੇ ਨਾ ਗਲਤ ਕੀਤਾ, ਮੈਂ ਅੱਗੇ ਤੋਂ ਨਹੀਂ ਕਰਾਂਗਾ। ਦੇਖਿਓ ਤੁਹਾਡਾ ਕਿੱਦਾਂ ਭਾਰ ਹਲਕਾ ਹੋਣਾ ਸ਼ੁਰੂ ਹੋ ਜਾਏਗਾ। ਨੀਂਦ ਨਹੀਂ ਆਉਂਦੀ ਰੰਪੀ ਰਾਣੀ ਜੀ, ਕਿਉਂ ਨਹੀਂ ਆਉਂਦੀ? ਗੁੱਸਾ ਹੀ ਬਹੁਤ ਆ ਜਾਂਦਾ ਹੈ। ਥੋੜਾ ਜਿਹਾ ਮਿੱਠਾ ਖਾ ਲਿਆ ਕਰੋ, ਗੁੜ ਖਾ ਲਿਆ ਕਰੋ ਥੋੜਾ ਜਿਹਾ। ਆ ਦੁੱਧ ਜ਼ਰੂਰ ਬਣਾ ਕੇ ਸੋਣਾ ਸਾਰਿਆਂ ਨੇ। ਤੁਸੀਂ ਇਸ ਮਿਲਕ ਨੂੰ ਬਣਾਉਣਾ, ਥੋੜੀ ਜਿਹੀ ਹਲਦੀ, ਥੋੜੀ ਜਿਹੀ ਦਾਲਚੀਨੀ ਪਾਊਡਰ, ਥੋੜਾ ਜਿਹਾ ਤੁਸੀਂ ਇਹਦੇ ਵਿੱਚ ਕੇਸਰ ਪਾਉਣਾ। ਤੁਸੀਂ ਇਸ ਮਿਲਕ ਨੂੰ ਬਣਾ ਕੇ ਪੀਣਾ ਔਰ ਤੁਸੀਂ ਦੇਖਿਓ ਕਿ ਕਿਵੇਂ ਤੁਹਾਨੂੰ ਵਧੀਆ ਨੀਂਦ ਆਉਂਦੀ ਹੈ, ਐਕਸੈਸ 'ਚ ਨੀਂਦ ਆਉਂਦੀ ਹੈ। ਫਿਰ ਤੁਸੀਂ ਬਹੁਤ ਜ਼ਿਆਦਾ ਤੁਹਾਡੇ ਫੇਸ 'ਤੇ ਗਲੋ ਹੋਣਾ ਚਾਹੀਦਾ। ਮੈਨੂੰ ਵੀ ਅੱਜ ਕੱਲ੍ਹ ਨੀਂਦ ਬੜੀ ਆਉਂਦੀ ਹੈ ਕਿਉਂਕਿ ਅੱਜ ਕੱਲ੍ਹ ਮੈਨੂੰ ਲੱਗਦਾ ਮੈਂ ਬਹੁਤ ਜ਼ਿਆਦਾ ਹੀ ਰਿਲੈਕਸ ਹਾਂ। ਮੈਂ ਸੌਂਦੀ ਹਾਂ, ਦਿਮਾਗ ਸੋਚਦਾ ਬਹੁਤ ਹੈ, ਸੋਚ ਸੋਚ ਕੇ ਨੀਂਦ ਨਹੀਂ ਸੋਚਣਾ, ਨਹੀਂ ਸੋਚਣਾ। ਬਾਬਾ ਜੀ ਦਾ ਪਾਠ ਕਰੋ, ਕੀਰਤਨ ਸਵੇਲਾ ਦਾ ਪਾਠ ਕਰੋ, ਬਾਬਾ ਜੀ ਨੂੰ ਕਹੋ ਸੱਚੇ ਪਾਤਸ਼ਾਹ ਮੈਂ ਸਵੇਰੇ ਜਲਦੀ ਉੱਠਾਂਗੀ, ਮੈਂ ਅੰਮ੍ਰਿਤ ਵੇਲਾ, ਜਲਦੀ ਉੱਠਣਾ ਸ਼ੁਰੂ ਕਰੋ। ਜਿਹੜਾ ਬੰਦਾ ਲੇਟ ਸੋਏਗਾ ਉਹਨੂੰ ਲੇਟ ਹੀ ਜਾਗ ਖੁੱਲੇਗੀ। ਫੇਸ ਨੋ ਫੇਸ ਓਨਲੀ ਨੀਂਦ। ਪ੍ਰੋਡਕਟਸ ਬੜੀ ਜਲਦੀ ਆ ਰਹੇ, ਪ੍ਰੋਡਕਟਸ ਦਾ ਹੀ ਕੰਮ ਚੱਲਦਾ ਪਿਆ, ਉਹਦੇ ਕਰਕੇ ਥੋੜੀ ਜਿਹੀ ਪ੍ਰੋਬਲਮ ਚੱਲਦੀ ਪਈ, ਬੜੀ ਜਲਦੀ ਆ ਰਹੇ ਜੀ ਪ੍ਰੋਡਕਟਸ। ਨੀਂਦ ਟੁੱਟ ਟੁੱਟ ਕੇ ਜਦੋਂ ਵੀ ਆਏ ਨਾ, ਪਹਿਲੀ ਗੱਲ ਤਾਂ ਤੁਸੀਂ ਰਾਤੀ ਸੌਣ ਤੋਂ 2-3 ਘੰਟੇ ਪਹਿਲਾਂ ਤੁਸੀਂ ਆਪਣਾ ਡਿਨਰ ਕਰ ਲਿਆ ਕਰੋ। ਜਦੋਂ ਤੁਸੀਂ ਡਿਨਰ ਕਰ ਲੈਂਦੇ ਹੋ ਨਾ, ਜਦੋਂ ਤੁਸੀਂ ਇਮੀਡੀਏਟਲੀ ਡਿਨਰ ਕਰਕੇ ਸੌਂਦੇ ਹੋ, ਇੱਕ ਇਹ ਵੀ ਰੀਜ਼ਨ ਹੁੰਦਾ ਸਾਨੂੰ ਬੜਾ ਹੈਵੀਨੈਸ ਲੱਗਦਾ। ਸੌਣ ਤੋਂ ਪਹਿਲਾਂ ਤੁਸੀਂ ਬਾਥ ਲੈ ਸਕਦੇ ਹੋ, ਤੁਹਾਡਾ ਬੈਡਰੂਮ ਇੱਕ ਠੰਡੀ ਕੰਡੀਸ਼ਨ 'ਚ ਹੋਣਾ ਚਾਹੀਦਾ, ਤੁਹਾਡੀ ਬੈਡਸ਼ੀਟ ਅੱਛੀ ਹੋਣੀ ਚਾਹੀਦੀ, ਤੁਹਾਡਾ ਪਿੱਲੋ ਕਵਰ ਅੱਛਾ ਹੋਣਾ ਚਾਹੀਦਾ, ਤੁਹਾਡਾ ਨਾਈਟ ਸੂਟ ਅੱਛਾ ਹੋਣਾ ਚਾਹੀਦਾ, ਲਾਈਟ ਹੋਣਾ ਚਾਹੀਦਾ, ਟਾਈਟ ਕੱਪੜੇ ਪਾ ਕੇ ਨਹੀਂ ਸੋਣੇ, ਤੰਗ ਕੱਪੜੇ ਪਾ ਕੇ ਨਹੀਂ ਸੋਣੇ, ਲੂਜ਼ ਲੂਜ਼ ਕੱਪੜੇ, ਕਮਰੇ ਦਾ ਰੂਮ ਦਾ ਮਾਹੌਲ ਅੱਛਾ ਹੋਣਾ ਚਾਹੀਦਾ, ਟੀਵੀ ਨਹੀਂ ਹੋਣਾ ਚਾਹੀਦਾ, ਕਿਸੇ ਤਰ੍ਹਾਂ ਦੀ ਕੋਈ ਸਾਊਂਡ ਨਹੀਂ ਹੋਣੀ ਚਾਹੀਦੀ, ਜ਼ਿਆਦਾ ਰੌਸ਼ਨੀ ਵਾਲਾ ਕਮਰਾ ਨਹੀਂ ਹੋਣਾ ਚਾਹੀਦਾ। ਤੁਸੀਂ ਦੇਖਿਓ ਜਦੋਂ ਤੁਸੀਂ ਵਧੀਆ ਬੈੱਡ ਬਣਾਓਗੇ, ਵਧੀਆ ਏਸੀ ਚੱਲ ਰਿਹਾ ਹੋਏਗਾ, ਸ਼ਾਂਤ ਮਾਹੌਲ ਹੋਏਗਾ, ਤੁਹਾਨੂੰ ਬਹੁਤ ਅੱਛੀ ਨੀਂਦ ਆਏਗੀ ਔਰ ਮਾਈਂਡ ਨੂੰ ਰਿਲੈਕਸ ਕਰਨਾ, ਬਿਲਕੁਲ ਰਿਲੈਕਸ ਕਰਨਾ। ਹਾਂਜੀ, ਰਾਤ ਨੂੰ ਵਾਸ਼ਰੂਮ ਆਉਂਦਾ ਤੇ ਪਾਣੀ ਨਹੀਂ ਜ਼ਿਆਦਾ ਪੀ ਕੇ ਸੋਣਾ ਤੁਸੀਂ। ਲੇਟੇ ਲੇਟੇ ਤੁਸੀਂ ਵਾਹਿਗੁਰੂ 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 ਤਾਤੀ ਵਾਹ ਦਾ ਪਾਠ ਕਰ ਸਕਦੇ ਹੋ ਤੁਸੀਂ। ਅਗਰ ਲੇਟੇ ਲੇਟੇ ਤੁਹਾਨੂੰ ਨੀਂਦ ਨਹੀਂ ਆਉਂਦੀ, ਤਾਤੀ ਵਾਹ ਦਾ ਪਾਠ ਕਰੋ ਮੇਰੀਆਂ ਭੈਣਾਂ। ਹਾਂਜੀ ਹਾਂਜੀ, ਜਲਦੀ ਮੇਰੇ ਪ੍ਰੋਡਕਟਸ ਆ ਰਹੇ, ਬਹੁਤ ਵਧੀਆ ਪ੍ਰੋਡਕਟਸ ਆ ਰਹੇ। ਉਸ ਤੋਂ ਬਾਅਦ ਤੁਸੀਂ ਆਪਣੇ ਹੇਅਰ ਦੇਖਿਓ, ਆਪਣੀ ਸਕਿਨ ਦੇਖਿਓ, ਆਪਣੀ ਬਾਡੀ ਦੇਖਿਓ। ਮੈਂ ਉਹਦੇ ਲਈ ਵੀ ਰੱਖਾਂਗੀ ਫਟਾਫਟ, ਉਹਦੇ ਲਈ ਵੀ ਮੈਂ ਕੁਛ ਚੀਜ਼ਾਂ ਰੱਖਾਂਗੀ ਕਿ ਜਿਹੜੇ ਫਸਟ 100 ਮੇਰੇ ਬਾਇਰਸ ਹੋਣਗੇ ਉਹਨਾਂ ਲਈ ਵੀ ਮੈਂ ਕੋਈ ਨਾ ਕੋਈ ਸਕੀਮ ਲੈ ਕੇ ਆਵਾਂਗੀ। ਹਸਬੈਂਡ ਨੂੰ ਨੀਂਦ ਨਹੀਂ ਆਉਂਦੀ, ਉਹਨਾਂ ਨੂੰ ਕੋਈ ਟੈਨਸ਼ਨ ਹੋਏਗੀ, ਡਰਿੰਕ ਕਰਦੇ ਨੇ, ਔਖਾ ਇਲਾਜ ਦੱਸੋ ਉਹਦਾ ਇਲਾਜ। ਉਹਨਾਂ ਦੀ ਡੀਅਰ ਡਾਇਟ ਚੇਂਜ ਕਰਨੀ ਪਏਗੀ, ਉਹਨਾਂ ਨਾਲ ਗੱਲ ਕਰਨੀ ਪਏਗੀ। ਸੋ ਮੈਂ ਤੁਹਾਨੂੰ ਨੰਬਰ ਦੇਵਾਂਗੀ, ਤੁਸੀਂ ਉੱਥੇ ਉਹਨਾਂ ਦੀ ਗੱਲ ਕਰਾ ਕੇ ਦੱਸ ਸਕਦੇ ਹੋ, ਮੈਂ ਪ੍ਰੋਪਰ ਉਹਨੂੰ ਡਾਇਟ ਬਣਾ ਕੇ ਦੇਵਾਂਗੀ। ਲਵ ਯੂ ਟੂ, ਲਵ ਯੂ ਟੂ। ਹਸਬੈਂਡ ਨੂੰ ਨੀਂਦ ਨਹੀਂ ਆਉਂਦੀ, ਉਹਨਾਂ ਦਾ ਕੰਮ ਕੀ ਆ, ਉਹ ਕੰਮ ਦੀ ਬਹੁਤ ਜ਼ਿਆਦਾ ਸਟ੍ਰੈਸ ਲੈਂਦੇ ਹੋਣਗੇ, ਜਾਂ ਓਵਰਵੇਟ ਹੋਣਗੇ, ਜਾਂ ਅੰਡਰਵੇਟ ਹੋਣਗੇ, ਥਾਇਰੋਇਡ ਕਰਕੇ ਵੀ ਇਨਸਾਨ ਨੂੰ ਨੀਂਦ ਨਹੀਂ ਆਉਂਦੀ। ਤੁਸੀਂ ਆਪਣਾ ਥਾਇਰੋਇਡ ਲੈਵਲ ਟੈਸਟ ਕਰਾਓ, ਡਾਇਬਟੀਜ਼ ਟੈਸਟ ਕਰਾਓ, ਕੋਲੈਸਟ੍ਰੋਲ ਲੈਵਲ ਟੈਸਟ ਕਰਾਓ। ਇਹ ਵੀ ਇੱਕ ਰੀਜ਼ਨ ਹੈ, ਜਦੋਂ ਵੀ ਕਿਸੇ ਇਨਸਾਨ ਦੇ ਅੰਦਰੋਂ ਚੀਜ਼ਾਂ ਔਰਗਨਸ ਖਰਾਬ ਹੋਣੇ ਸ਼ੁਰੂ ਹੋ ਜਾਂਦੇ, ਸਭ ਤੋਂ ਪਹਿਲਾਂ ਉਹਦੀ ਨੀਂਦ ਖਰਾਬ ਹੁੰਦੀ ਹੈ। ਤੁਹਾਨੂੰ ਪਤਾ ਕਈ ਵਾਰੀ ਅਸੀਂ ਬਿਲਕੁਲ ਚੰਗੇ ਹੁੰਦੇ ਹਾਂ, ਚੰਗੇ ਭਲੇ ਹੁੰਦੇ ਹਾਂ, ਅਸੀਂ ਜਾਗ ਜਾਗ ਕੇ ਆਪਣੇ ਆਪ ਨੂੰ ਬਿਮਾਰ ਕਰ ਲੈਂਦੇ ਹਾਂ। ਨੋ ਸਕਿਨ ਓਨਲੀ ਨੀਂਦ ਰਿਲੇਟਡ। ਪਲੀਜ਼ ਕਿਸੇ ਨੂੰ ਵੀ ਨੀਂਦ, ਸਟ੍ਰੈਸ, ਡਿਪਰੈਸ਼ਨ ਰਿਲੇਟਡ ਕੋਈ ਵੀ ਪ੍ਰੋਬਲਮ ਹੈ ਉਹ ਮੈਨੂੰ ਜ਼ਰੂਰ ਪੁੱਛ ਸਕਦਾ। ਹਾਂਜੀ, ਡਿਪਰੈਸ਼ਨ ਨੂੰ ਕਿਵੇਂ ਦੂਰ ਕਰਨਾ ਜ਼ਰੂਰ ਦੱਸਾਂਗੀ ਮੈਂ। ਐਂਡ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਵੈਬੀਨਾਰ ਦੀਆਂ ਸੀਟਸ ਫੁੱਲ ਹੋ ਗਈਆਂ ਅਤੇ ਵੈਬੀਨਾਰ ਦੀਆਂ ਅਸੀਂ ਐਂਟਰੀਜ਼ ਬਿਲਕੁਲ ਕਲੋਜ਼ ਕਰਤੀਆਂ। ਜਿਹੜੀਆਂ ਮੇਰੀਆਂ ਭੈਣਾਂ ਰਹਿ ਗਈਆਂ, ਜਦੋਂ ਮੇਰਾ ਨੈਕਸਟ ਵੈਬੀਨਾਰ ਆਏਗਾ ਬੜੀ ਜਲਦੀ ਲੈ ਕੇ ਆਵਾਂਗੀ। ਨੈਕਸਟ ਵੈਬੀਨਾਰ ਹੋ ਸਕਦਾ ਪਿਗਮੈਂਟੇਸ਼ਨ ਦੇ ਉੱਤੇ, ਹੋ ਸਕਦਾ ਹੇਅਰ ਫਾਲ ਦੇ ਉੱਤੇ ਹੋਵੇ। ਸੋ ਫਸਟ ਵੈਬੀਨਾਰ ਨੂੰ ਕੰਪਲੀਟ ਕਰਨ ਤੋਂ ਬਾਅਦ ਆਈ ਥਿੰਕ ਨੈਕਸਟ ਵੀਕ ਮੈਂ ਵੈਬੀਨਾਰ ਕਰਾਂਗੀ। ਉਹਦੀ ਡੇਟ, ਉਹਦਾ ਟਾਈਮ ਸਾਰੀਆਂ ਭੈਣਾਂ ਨੂੰ ਦਿੱਤਾ ਜਾਏਗਾ, ਤੁਹਾਨੂੰ ਸਾਰਿਆਂ ਨੂੰ ਵਟਸਐਪ ਮੈਸੇਜ ਕੀਤਾ ਜਾਏਗਾ, ਕਿਉਂਕਿ ਅਸੀਂ ਸਾਰੀਆਂ ਭੈਣਾਂ ਨੂੰ ਇਕੱਠੇ ਕਰ ਰਹੇ ਹਾਂ। ਜਿੱਦਾਂ ਸਭ ਕੁਝ ਵਟਸਐਪ ਤੇ ਇਕੱਠਾ ਹੋ ਜਾਏਗਾ, ਸਾਰੀਆਂ ਭੈਣਾਂ ਨੂੰ ਇੱਕੋ ਟਾਈਮ ਮੈਸੇਜ ਆਏਗਾ। ਸੋ ਡੋਂਟ ਵਰੀ, ਅਗਰ ਕਿਸੇ ਨੂੰ ਮੈਸੇਜ ਨਹੀਂ ਵੀ ਆਇਆ, ਸਭ ਨੂੰ ਅਪਡੇਟ ਕੀਤਾ ਜਾਏਗਾ ਕਿਸ ਦਿਨ ਵੈਬੀਨਾਰ ਹੈ, ਟਾਈਮਿੰਗ ਰੱਖੇ ਜਾਣਗੇ, ਟੀਮ ਸਾਰਾ ਕੁਝ ਡਿਸਾਈਡ ਕਰ ਰਹੀ ਹੈ। ਸੋ
थैंक यू सो मच ऑल ऑफ यू एंड थैंक यू सो मच बाबा जी कि विद इन 6-7 दिनों के अंदर मेरिया सारिया सीट्स फुल हो गई। मैं नहीं सोचा कि वेबिनार इन्नी जल्दी फुल हो जाएगा, हले तो मतलब मैं लिमिटेड सीट्स ही रखी हैं। सो स्टिल मैंने रिक्वेस्ट आ रही है जो वेबिनार बुक करना चाहते हैं, अगर तुम इतने रह गए हो कोई ना तुम नैक्सट टाइम बुक कर सकते हो, या अपॉइंटमेंट लैके मेरे परसनली गल कर सकते हो जो वेबिनार चु रह गए। डोंट वरी, तुम टेंशन ना लो, बड़ी जल्दी मैं नैक्सट वेबिनार भी लैके आवांगी। सो प्लीज कोशिश करिया करो अच्छी जिंदगी नू हैलो कहना है, बुरी जिंदगी नू बाय कहना है, स्ट्रेस टेंशन डिप्रेशन विचों बाहर आना है, यही एक रीजन है सानू राती नींद नहीं आती, खाम खां सोचते रहने, खाम खां से अपने आप नू परेशान करते हैं, साडे हॉर्मोन्स इम्बैलेंस हो जाते हैं। अगर तुम भी चाहते हो थोड़ी स्किन वधिया होवे, थोड़े हेयर वधिया हो, तुसी प्लीज रात नू अच्छी नींद लैनी है, क्योंकि जेडे लोग राती 10 बजे तो लैके 2 बजे तक एक साउंड स्लीप लेंदे हैं, तो बाद उठ के पाठ कर सकते हो, साउंड स्लीप लेंदे हैं, उन्होंने हॉर्मोन्स हमेशा ही बैलेंस रहेंगे, उन्होंने स्किन पे ग्लो होएगा, एक नूर होएगा, सारा दिन लोग एक्टिव रहेंगे, कदे भी वो बैड पर बैठेंगे भी नहीं, सोना तो बहुत दूर की गल है। सो ये सारिया चीज़ों अपनी जिंदगी अच्छी डाइट अच्छी खुराक, डाइट ही थानू बना सकती है, डाइट ही थानू बिगाड़ सकती है। कई बार असी करना बहुत कुछ चाहते हैं बट असी कर नहीं पाते, तुसी कुछ भी ना करो, जिंदगी च दो चीजा फॉलो करो, रेगुलर एक्सरसाइज करो और अच्छी डाइट लो। थानू किसी डॉक्टर को जाने की लोड़ नहीं, थानू मेरे को भी आने की लोड़ नहीं है, किसी भी एक्सपर्ट को जाने की लोड़ नहीं है, डाइट तुसी किसी तो भी ले सकते हो, मैं नहीं कहती मेरे को आके लो, किसी अच्छे डाइटिशियन को कॉन्टैक्ट करो, हैल्थ एक्सपर्ट को तुसी कॉन्टैक्ट कर सकते हो, और उन्होंने अपनी प्रॉब्लम दसो तो देखो उन्हें किन्ने केस ठीक किए, वो आप किदा दा, उन्होंने तुसी अच्छी डाइट लो, फॉलो करो, अपने आप नू फिट बनाओ। जिंदगी एक बार मिली है, अद्धी जिंदगी साड़ी हाई हाई करते निकल जाती है, जिहड़ी अगली नैक्सट जिंदगी आती 40-45 साल वह तो असी सारी उम्र जिहड़ा काम किया होंगे, जिहड़ा पैसा जोड़िया होंगे, उस पैसे नू असी अपने उत्ते लाने दवाइया के रूप में, सर्जरिया के रूप में, क्यों कि तुसी वह जिहड़ी सर्जरी करवानी उस जगह तुसी डाइट नहीं लै सकते, अच्छी खुराक नहीं फॉलो कर सकते, रेगुलर एक्सरसाइज नहीं कर सकते, इस चीज़ों नू तुसी हंडाओ। जिंदगी एक बार मिली है, बार बार नहीं मिलेगी। सो प्लीज अच्छी नींद लैन लई जो मैं थोड़ा योगा आसन दसिया है, बैड पर जाके 5 मिनट नू करना, तुसी देखोगे किवें थोड़ा माइंड रिलैक्स हो गया, जाके भी तुसी कुछ नहीं सोच पाओगे, और दुध का गिलास तुसी नाल रख लेना है, जिदा योगा आसन खत्म होंदे है दुध पीना है और सो जाना है। सवेरे उठ के मैं इस वीडियो के नीचे जरूर दस्यो कि हुण थोनू नींद किवें नहीं आ रही है। सो लव यू ऑल, टेक केयर, बाय बाय। हुण असीं मिलांगे मंडे नू, किड़े टॉपिक ते योगा वीडियो लैके आवां, मेरे को बैक दियां बहुत ज़्यादा प्रॉब्लम आ रही है, यंग एज तो लैके ओल्ड एज तक बहुत ज़्यादा लोगों नूं बैक दी प्रॉब्लम है। सो मेरी कोशिश रहेगी मंडे नूं मैं थोनों बैक योगा करावां, चाहे बिगिनर्स है चाहे एडवांस लैवल है, कुछ भी है, कुछ योगा आसन दसंगी जिन्हों कोई भी एज का बंदा फीमेल मेल जदों करेगा तो पहले दिन तो ही थोड़ी बैक दर्द जरा फर्क पैना शुरू हो जाएगा। सो लव यू ऑल, टेक केयर, हैव अ ग्रेट वीकेंड, बाय बाय।